ਜੋ ਮੇਰੀ ਕੈਲਕੂਲੇਸ਼ਨ ਹੈ, ਜੋ ਮੇਰੀ ਇਨਫੋਰਮੇਸ਼ਨ ਹੈ, ਜੋ ਮੈਂ ਕੈਲਕੂਲੇਸ਼ਨ ਆਪਣੀ ਇਕੱਠੀ ਕੀਤੀ ਹੈ, ਉਹ ਇਹ ਹੈਗੀ ਹੈ ਕਿ ਮਾਰਚ ਦੇ ਵਿੱਚ ਤੁਹਾਡੀ ਖਾਲਿਸਤਾਨੀ ਕੰਪੇਨ ਜਿਹੜੀ ਹੈ ਨਾ, ਉਹ ਮੇਰੇ ਇਲਮ ਦੇ ਮੁਤਾਬਿਕ ਬਹੁਤ ਖੂਬਸੂਰਤੀ ਦੇ ਨਾਲ ਬੜੀ ਪਾਏਦਾਰ ਜਾ ਰਹੀ ਸੀ। ਅਸੀਂ ਉਹਨੂੰ ਸਪੋਰਟ ਵੀ ਕਰਦੇ ਹਾਂ, ਅੱਲਾਹ ਪਾਕ ਤੁਹਾਨੂੰ ਵੀ ਆਜ਼ਾਦੀ ਦੇਵੇ, ਠੀਕ ਹੈ ਜੀ। ਹੁੰਦਾ ਕੀ ਹੈ ਕਿ ਕੁਛ ਐਸੇ ਗਰੋਹ ਨੇ ਜਿਹੜੇ ਅੰਡਰ ਏਜ ਬੱਚਿਆਂ ਨੂੰ ਸੈਕਸੁਅਲੀ ਯੂਜ਼ ਕਰਦੇ ਨੇ, ਜਦੋਂ ਪਕੜੇ ਜਾਂਦੇ ਨੇ ਤਾਂ ਇਸਲਾਮ ਦਾ ਨਾਮ ਇਸਤੇਮਾਲ ਕਰਕੇ ਕਹਿੰਦੇ ਨੇ ਕਿ ਅਸੀਂ ਇਹਨੂੰ ਕਨਵਰਟ ਕੀਤਾ, ਅਸੀਂ ਇਹਦੇ ਨਾਲ ਨਿਕਾਹ ਕਰਾ ਲਿਆ ਮੁਸਲਮਾਨ ਕਰਕੇ, ਜਿਹੜਾ ਹਰਗਿਜ਼ ਇਸ ਤਰ੍ਹਾਂ ਇਸਲਾਮ ਕਬੂਲ ਹੋ ਹੀ ਨਹੀਂ ਸਕਦਾ, ਫੋਰਸਫੁਲੀ ਜਾਂ ਡਰੱਗ ਕਰਕੇ। ਇੱਥੇ ਰੁਕਿਓ, ਹੁਣ ਇੱਥੇ ਰੁਕਿਓ, ਵੈਰੀ ਗੁੱਡ ਪੁਆਇੰਟ ਤੁਹਾਡਾ, ਇੱਥੇ ਰੁਕਿਓ ਸਰ, ਮੈਨੂੰ ਕੰਪਲੀਟ ਕਰ ਲੈਣ ਦਿਓ ਨਾ, ਫਿਰ ਉਸ ਤੋਂ ਬਾਅਦ ਅਗਲੀ ਗੱਲ ਤੋੜਨਾ ਨਾ। ਨਹੀਂ ਨਹੀਂ ਬਾਜੀ, ਉਹਦੀ ਗੱਲ ਬਾਜੀ ਅਸਦ ਭਾਈ, ਜੀ ਮੇਰੀ ਗੱਲ ਕੰਪਲੀਟ ਹੋ ਲੈਣ ਦਿਓ ਨਾ, ਮੇਰੀ ਗੱਲ ਕੰਪਲੀਟ ਹੋ ਨਹੀਂ ਆਏਗੀ। ਅਸੀਂ ਤੁਹਾਡੀ ਗੱਲ ਪੂਰੀ ਸੁਣੀ ਹੈ, ਅਸੀਂ ਪੂਰੀ ਸੁਣੀ ਹੈ, ਅਸੀਂ ਤੇ ਉਹਨਾਂ ਅਸਦ ਭਾਈ ਨੂੰ ਪੂਰੀ ਗੱਲ ਕਰਨ ਦਿਓ, ਕੋਈ ਦੂਜਾ ਬੰਦਾ ਮਾਈਕ ਨਾ ਖੋਲੇ ਜਦੋਂ ਤੱਕ ਮੈਂ ਤਾਂ ਨਾ ਦੱਸਾਂ, ਮਿਹਰਬਾਨੀ ਕਰੋ, ਇੱਕ ਇੱਕ ਕਰਕੇ ਗੱਲ ਕਰਾਂਗੇ, ਬਹੁਤ ਸੋਹਣਾ ਮਜ਼ਾ ਆਏਗਾ ਗੱਲ ਕਰਨ ਦਾ। ਔਰ ਖਲੀਫਾ ਵਕਤ ਭਾਈ, ਦੂਸਰੀ ਗੱਲ, ਮੈਂ ਸਾਰੀ ਜਿਹੜੇ ਸਾਡੇ ਭਰਾ ਬੈਠੇ ਨੇ ਸਰਦਾਰ, ਮੈਂ ਨਹੀਂ ਕਹਿ ਰਿਹਾ ਕਿ ਅੱਲਾ ਮਾਫ ਕਰੇ ਇਹਨਾਂ ਦੀ, ਕੋਈ ਮੇਰੀਆਂ ਹੀ ਬੇਟੀਆਂ ਨੇ ਉਹ ਜਿਨ੍ਹਾਂ ਦੇ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਮੈਂ ਉਹਨਾਂ ਨੂੰ ਪਰਾਈ ਜਾਣਦਾ ਹੀ ਨਹੀਂ। ਜਿਹੋ ਜੀ ਮੇਰੀ ਬੇਟੀ, ਜਿਹੋ ਜੀ ਮੇਰੀ ਭੈਣ, ਜਿਹੋ ਜੀ ਮੇਰੀ ਮਾਂ, ਉਹੋ ਜੀ ਤੁਹਾਡੀ ਭੈਣ ਬੇਟੀ ਮਾਂ, ਇੱਜ਼ਤਾਂ ਸਾਂਝੀਆਂ ਹੁੰਦੀਆਂ ਮੇਰੀ ਜਾਨ, ਭਾਵੇਂ ਉਹ ਬਾਰਡਰ ਦੇ ਪਰਲੇ ਪਾਸੇ ਹੋ, ਭਾਵੇਂ ਉਹ ਬਾਰਡਰ ਦੇ ਉਰਲੇ ਪਾਸੇ ਹੋ, ਲੇਕਿਨ ਫਿਰ ਵੀ ਇੱਕ ਗੱਲ ਹੈ ਸੌ ਗੱਲਾਂ ਦੀ ਕਿ ਗਰੂਮਿੰਗ ਗੈਂਗ ਦੇ ਮੁਤਲਿਕ ਆਵਾਜ਼ ਚੁੱਕਣ ਵਾਸਤੇ ਮੁਤਾਲਬਾ ਕੀਤਾ USA ਦੇ ਸਰਦਾਰ ਭਰਾਵਾਂ ਨੇ, ਜਿਹੜੇ ਕੋਈ 10-12-15 ਜਿਨ੍ਹਾਂ ਨੇ ਅਬਿਊਜ਼ਿੰਗ ਵੀ ਕੀਤੀ ਸਾਡੇ ਰਿਲੀਜਨ ਦੇ ਉੱਤੇ। ਕਿਆ UK ਦੇ ਵਿੱਚ ਕਿਸੇ ਬੰਦੇ ਦੀ ਗੈਰਤ ਨਹੀਂ ਸੀਗੀ, ਸਣੇ ਸਾਡੇ ਮੁੰਡੇ ਬੰਦਿਆਂ ਦੇ ਵੀ, ਮੁਸਲਮਾਨਾਂ ਦੇ ਵੀ? ਜਾਂ ਜੇ ਇਤਨਾ ਹੀ ਸੀਰੀਅਸ ਟੋਪਿਕ ਇਸ਼ੂ ਹੈਗਾ ਸੀ, ਤਾਂ ਕਿਆ UK ਦੇ ਵਿੱਚ ਜਿਹੜੇ ਇਫੈਕਟ ਹੋ ਰਹੇ ਸੀ ਉਹਨਾਂ ਨੇ ਕਿਉਂ ਨਹੀਂ ਆਵਾਜ਼ ਚੁੱਕੀ? ਇਹ ਆਵਾਜ਼ USA ਵਾਲੀ ਸਾਈਡ ਤੋਂ ਕਿਉਂ ਚੁੱਕੀ ਗਈ, ਔਰ ਖਾਸ ਤੌਰ 'ਤੇ ਉਹਨਾਂ ਲੋਕਾਂ ਨੇ ਚੁੱਕੀ ਜਿਹੜੇ ਪਾਸਟ ਦੇ ਵਿੱਚ ਰਿਲੀਜੀਅਨ ਨੂੰ ਐਜ਼ ਆ ਫਾਈਟ ਜਾਂ ਐਜ਼ ਆ ਵਾਰ ਜਾਂ ਐਜ਼ ਆ ਸੋਸ਼ਲ ਇਸ਼ੂਜ਼ ਇਸਤੇਮਾਲ ਕਰ ਚੁੱਕੇ ਨੇ? ਉਹ ਜਿਹੜੇ ਨੈਗੇਟਿਵ ਲੋਕ ਨੇ ਉਹਨਾਂ ਨੇ ਹੀ ਇਸ ਇਸ਼ੂ ਨੂੰ ਕਿਉਂ ਰੇਜ਼ ਕੀਤਾ? ਉੱਥੇ ਕੋਈ ਹੋਰ UK ਦੇ ਵਿੱਚ ਬੰਦਾ ਅਕਲ ਵਾਲਾ ਜਾਂ ਗੈਰਤ ਵਾਲਾ ਜਾਂ ਕੋਈ ਬੰਦਾ ਨਹੀਂ ਸੀਗਾ? ਜੀ ਸਰ, ਭਾਜੀ ਵੇਖੋ, ਸਾਡਾ ਮਸਲਾ ਇਹ ਨਹੀਂ ਆ ਕਿ ਹੁਣ ਇਹ ਮਸਲਾ ਕੀ ਬਣਿਆ ਆ, ਜਿੱਦਾਂ ਤੁਸੀਂ ਕਿਹਾ ਨਾ ਕਿ ਉਹ ਜਿਹੜੇ ਆ ਉਹ ਕੁੱਤੇ ਲੋਕ ਆ, ਉਹ ਇਸਲਾਮ ਦਾ ਨਾਂ ਵਰਤ ਕੇ ਆਹ ਕੰਮ ਕਰਦੇ ਆ, ਪਹਿਲਾਂ ਆਹ ਕੰਮ ਕਰਦੇ, ਫਿਰ ਉਹ ਕਹਿੰਦੇ ਅਸੀਂ ਇਹਨੂੰ ਕਨਵਰਟ ਕੀਤਾ ਮੁਸਲਮ ਦੇ ਧਰਮ ਦੇ ਵਿੱਚ, ਇਹ ਤੁਹਾਡੇ ਬਿਆਨ ਆ ਹੈ ਨਾ। ਪਰ ਤੁਸੀਂ ਅਗਲੇ ਬੰਨੇ ਐਕਸਪਲੇਨ ਵੀ ਬੜਾ ਵਧੀਆ ਸੋਹਣਾ ਕੀਤਾ, ਪਰ ਹੁਣ ਜਿਹੜਾ ਅਸਲੀ ਜਿਹੜਾ ਮੁੱਦਾ ਸਿੱਖਾਂ ਦਾ ਇਹ ਭਖਿਆ ਪਿਆ ਆ ਕਿ ਤੁਸੀਂ ਗਲਤ, ਜੇ ਜਿਹੜੇ ਅਸਲੀ ਮੁਸਲਮਾਨ UK ਦੇ ਵਿੱਚ ਬੈਠੇ ਆ ਜਾਂ ਹੋਰ ਵੀ ਕਿਤੇ ਪਾਕਿਸਤਾਨ ਦੀ ਧਰਤੀ 'ਤੇ ਵੋਟਾਂ ਚਲਾ ਰਹੇ ਆ, ਉਹਨਾਂ ਨੂੰ ਅੱਜ ਉਹਨਾਂ ਬੰਦਿਆਂ ਦੇ ਉਲਟ ਬੋਲਣ ਦੀ ਲੋੜ ਆ ਜਿਹੜੇ ਬੰਦੇ ਇਹ ਕਰਤੂਤਾਂ ਕਰਦੇ ਪਏ ਉਹ ਗਰੂਮਿੰਗ ਗੈਂਗ ਦੇ ਉਲਟ, ਜਿਹੜੇ ਬੰਦੇ ਤੁਹਾਡੇ ਧਰਮ ਦਾ ਛਵੀ ਜਿਹੜੇ ਖਰਾਬ ਕਰਦੇ ਪਏ ਆ। ਜੇ ਤੁਸੀਂ ਅੱਛਾ ਜੀ, ਇਸ ਜਵਾਬ ਤੋਂ ਬਾਅਦ ਹੈ ਨਾ, ਮੈਂ ਚਾਹਾਂਗਾ 2 ਮਿੰਟ ਮੈਨੂੰ ਦਿਓ, ਜ਼ਰਾ ਮੈਂ ਜ਼ਰਾ ਹੋਸਟ ਗੱਲ ਕਰ ਰਿਹਾ ਤੁਹਾਡੇ ਨਾਲ, ਤੁਸੀਂ ਜਵਾਬ ਕੰਪਲੀਟ ਕਰੋ, ਫਿਰ ਮੈਂ ਤੁਹਾਨੂੰ ਆਪਣੀ ਜਗ੍ਹਾ ਤੇ ਲੈ ਕੇ ਜਾਵਾਂਗਾ ਜੀ। ਤੇ ਜਿਹੜੀ ਜਿਹੜੀ ਆਪਣੀ ਜਿਹੜੀ ਇਸਲਾਮ ਧਰਮ ਦੀ ਛਵੀ ਖਰਾਬ ਕਰਦੇ ਪਏ ਲੋਕ, ਇਸਲਾਮ ਇੱਕ ਪਵਿੱਤਰ ਧਰਮ ਆ ਜਿਹੜਾ ਇੱਕ ਆਪਣਾ ਜਿੱਦਾਂ ਸਾਡੇ ਵਾਸਤੇ ਸਾਡਾ ਧਰਮ ਪਵਿੱਤਰ ਆ, ਉਹ ਤੁਹਾਡੇ ਵਾਸਤੇ ਤੁਹਾਡਾ ਧਰਮ ਮੁਬਾਰਕ ਆ, ਪਵਿੱਤਰ ਆ, ਅਸੀਂ ਇਹੋ ਸਾਡੀ ਸਾਂਝ ਹੁੰਦੀ ਪਰ ਸਾਰੇ ਧਰਮਾਂ ਦੀ, ਧਰਮ ਦਾ ਰਸਤਾ, ਧਰਮ ਵੱਖਰਾ ਵੱਖਰਾ ਰਸਤਾ ਇੱਕ ਪਰਮਾਤਮਾ ਦਾ ਸਾਰਿਆਂ ਦਾ ਸਾਂਝਾ ਆ, ਅਤੇ ਉਹਦੇ ਵਿੱਚ ਜਿਹੜਾ ਵਾ ਜਦੋਂ ਇਹ ਗੱਲ ਹੁੰਦੀ ਹੈ ਨਾ ਕਿ ਧਰਮ ਦੇ ਉੱਤੇ ਜਿਹੜਾ ਬੰਦਾ ਸਾਡੇ ਧਰਮ ਦੇ ਵਿੱਚ ਰਹਿ ਕੇ ਕਿਸੇ ਦੇ ਉਲਟ ਬੋਲਦਾ ਜਾਂ ਉਹ ਕੁਛ ਕਰਦਾ, ਅਸੀਂ ਉਹਦੇ ਉਲਟ ਬਿਲਕੁਲ ਬੋਲਣਾ ਸ਼ੁਰੂ ਕਰ ਦਿੰਦੇ ਹਾਂ,
ਭਾਵੇਂ ਸਾਡੇ ਵਿੱਚ ਬੜੇ ਕੁੱਤੇ ਬਿੱਲੇ ਵੜੇ ਗਏ, ਅਸੀਂ ਉਹਨਾਂ ਦੇ ਉਲਟ ਅੱਜ ਵੀ ਬੋਲਦੇ ਹਾਂ ਅਤੇ ਬੋਲਦੇ ਰਹਾਂਗੇ, ਪਰ ਜੇ ਤੁਹਾਡੇ ਵਿੱਚੋਂ ਕੁੱਤੇ ਬਿੱਲੇ ਵੜ ਕੇ ਬਹਿ ਗਏ ਆ ਜਿਹੜੇ ਤੁਹਾਡੀ ਛਵੀ ਖਰਾਬ ਕਰਦੇ ਪਏ ਆ, ਅਤੇ ਤੁਸੀਂ ਵੱਧ ਤੋਂ ਵੱਧ ਉਹਨਾਂ ਬੰਦਿਆਂ ਬਾਰੇ ਗੰਦ ਲੋਕਾਂ ਬਾਰੇ ਬੋਲੋ, ਫਿਰ ਅਸੀਂ ਤੁਹਾਨੂੰ ਐਪਰੀਸ਼ੀਏਟ ਕਰਦੇ ਹਾਂ ਕਿ ਵਾਕਿਆ ਹੀ ਜਿਹੜੇ ਅਸਲੀ ਮੁਸਲਮਾਨ ਇਹ ਸਾਡੇ ਭਰਾ ਆ ਜਿਹੜੇ ਉਹ ਬੱਚੀ ਵਾਸਤੇ ਵੀ ਗੁਹਾਰ ਲਾਈ ਆ ਕਿ ਉਹਨਾਂ ਕੁੱਤੇ ਲੋਕਾਂ ਨੇ ਜਾਂ ਉਹਨਾਂ ਜਿਹੜਾ ਜਿਹੜਾ ਮੌਲਵੀ ਬਣ ਕੇ ਬਣਿਆ ਮੌਲਵੀ ਬਾਰੇ ਗਲਤ ਬੋਲੋ, ਉਹਨਾਂ ਬਾਰੇ ਤੁਹਾਨੂੰ ਅੱਜ ਬੋਲਣ ਦੀ ਲੋੜ ਆ, ਮੈਂ ਇੰਨੀਆਂ ਗੱਲਾਂ ਕਹਿਣ ਦਾ ਜਾਚ ਗਿਆ ਜੀ। ਹਾਂਜੀ ਹਾਂਜੀ ਜੀ ਅਸਦ ਜੀ, ਅਸਦ ਸਾਹਿਬ ਤੁਸੀਂ ਕੋਈ ਗੱਲ ਕਰਨੀ ਤੇ ਕਰ ਲਓ, ਪਰ ਆਖਰੀ ਗੱਲ ਕਰਕੇ ਤੇ ਇਜਾਜ਼ਤ ਲਵਾਂਗਾ। ਦੇਖੋ ਭਾਈ, ਮੈਂ ਜ਼ਾਤੀ ਤੌਰ ਦੇ ਉੱਤੇ ਸਿੰਘ ਭਰਾਵਾਂ ਦੀ ਬਰਾਡ ਦੇ ਉੱਤੇ ਗਿਆ ਸਾਂ, ਜਿਹੜੀ ਬਰਾਡ ਉੱਥੇ ਇਸਤੇਮਾਲ ਹੋ ਰਹੀ ਸੀ, ਉੱਥੇ ਜੋ ਮੈਂ ਚੀਜ਼ ਤਕਲੀਫ ਵਾਲੀ ਦੇਖੀ ਹੈ ਉਹ ਤਕਲੀਫ ਵਾਲੀ ਚੀਜ਼ ਹੈਗੀ ਸੀ ਕਿ ਉੱਥੇ ਐਕਸ ਮੁਸਲਿਮ ਨੂੰ ਉੱਤੇ ਬਿਠਾ ਕੇ ਕਾਦੀਆਨੀਆਂ ਦਾ ਉਹ ਨੁਸਖਾ ਕੁਰਾਨ ਮਜੀਦ ਦਾ ਪਕੜਿਆ ਗਿਆ ਹੋਇਆ ਸੀ, ਜਿਹਦੇ ਵਿੱਚ ਜਿਹੜਾ ਨਾ ਕੁਰਾਨ ਮਜੀਦ ਦੇ ਤਰਜਮੇ ਦੇ ਵਿੱਚ ਰੱਦੋ ਬਦਲ ਕੀਤੀ ਔਰ ਉੱਥੇ ਬੈਠ ਕੇ ਕੁਰਾਨ ਮਜੀਦ ਦਾ ਉਹ ਉਡਾ ਰਹੇ ਸੀ ਮਜ਼ਾਕ, ਠੀਕ ਹੈ। ਔਰ ਮੈਂ ਉੱਥੇ ਰਿਕੁਐਸਟ ਇਹ ਕਰਕੇ ਆਇਆ ਸਾਂ, ਅੱਜ ਵੀ ਇਹ ਰਿਕੁਐਸਟ ਕਰਾਂਗਾ, ਅੱਗੋਂ ਵੀ ਮੇਰੀ ਇਹ ਹੰਬਲ ਰਿਕੁਐਸਟ ਹੋਏਗੀ ਕਿ ਭਾਈ ਅਸੀਂ ਬਿਲਕੁਲ ਇਸ ਚੀਜ਼ ਨੂੰ ਐਗਰੀ ਨਹੀਂ ਕਰਦੇ, ਅਸੀਂ ਕੰਡੈਮ ਕਰਦੇ ਹਾਂ ਕਿਸੇ ਵੀ ਫੋਰਸਫੁਲੀ ਕਿਸੇ ਨੂੰ ਵੀ, ਭਾਵੇਂ ਉਹ ਬਾਲਗ ਹੋਵੇ ਭਾਵੇਂ ਨਾਬਾਲਗ ਹੋਵੇ, ਇਸਲਾਮ ਕਬੂਲ ਨਹੀਂ ਕਰਾਇਆ ਜਾ ਸਕਦਾ, ਇਸਲਾਮ ਦੀ ਛਵੀ ਖਰਾਬ ਕੀਤੀ ਜਾ ਰਹੀ ਹੈ ਡਰਾਮੇਬਾਜ਼ੀ ਕਰਕੇ। ਹਾਂ, ਜਿਹੜਾ ਕੰਮ ਹੋਣਾ ਚਾਹੀਦਾ ਉਹ ਇਹ ਹੋਣਾ ਚਾਹੀਦਾ ਕਿ ਗਰਾਊਂਡ ਲੈਵਲ ਦੇ ਉੱਤੇ, ਗਰਾਊਂਡ ਲੈਵਲ ਦੇ ਉੱਤੇ ਰਿਐਲਿਟੀ ਦੇ ਵਿੱਚ ਜਿਸ ਇਲਾਕੇ ਦੇ ਵਿੱਚ ਯੂਕੇ ਦੇ ਵਿੱਚ ਜੇ ਇਹ ਹੋ ਰਿਹਾ, ਮੁਸਲਿਮ ਅਤੇ ਸਿੱਖ ਭਰਾ ਮਿਲ ਕੇ ਉਹਨੂੰ ਜਾ ਕੇ ਲੀਗਲੀ ਐਕਸ਼ਨ ਕਰਨ ਔਰ ਦੱਸਣ ਕਿ ਭਾਈ ਇਹ ਦੋ ਕਮਿਊਨਿਟੀਜ਼ ਦੇ ਵਿੱਚ ਲੜਾਈ ਕਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਹੜੇ ਲੋਕ ਇਹ ਕੰਮ ਕਰ ਰਹੇ ਨੇ ਇਹਨਾਂ ਦੀ ਬੁੰਡ ਕੁੱਟੀ ਜਾਏ। ਥੈਂਕ ਯੂ ਵੈਰੀ ਮੱਚ। ਹਾਂਜੀ, ਮੈਨੂੰ ਮੌਕਾ ਦਿਓ ਜੀ ਮਾੜਾ ਜਿਹਾ ਬੋਲਣ ਦਾ, ਮੈਂ ਕੁਛ ਗੱਲਾਂ ਦਾ ਕਹਿਣਾ ਚਾਹ ਰਿਹਾ। ਮੈਨੂੰ ਹੁਣ ਛੁੱਟੀ ਦੇ ਦਿਓ, ਧੰਨਵਾਦ ਸਾਡੇ ਭਰਾਵਾਂ ਦਾ, ਤੇ ਬਸ ਇਹੋ ਹੀ ਮੁੱਦਾ ਜਿਹੜਾ ਵਾ ਬਿਲਕੁਲ ਉਹਨਾਂ ਦੇ ਉਲਟ ਬੋਲੋ, ਖਾਲਸਾਨੀ ਭਾਜੀ ਤੁਸੀਂ ਗੱਲ ਕਰਿਓ, ਮੈਂ ਵੀ ਕਰਨੀ ਗੱਲ। ਧੰਨਵਾਦ ਆ ਜੀ, ਮੈਂ ਜਾ ਰਿਹਾ ਭਾਜੀ। ਮੈਂ ਮਦ ਚਾਹੁੰਦਾ ਜਾਣੇ ਤੋਂ ਪਹਿਲੇ, ਮੇਰੀ ਵੀ ਮੈਂ ਵੀ ਯੂਕੇ ਹੁੰਦਾ ਤੇ ਇੱਥੇ ਸਿੰਘ ਕਮਿਊਨਿਟੀ ਦੇ ਨੇੜੇ ਹੀ ਹੁੰਦਾ ਮੈਂ, ਸਾਊਥ ਹਾਕ ਸੀ ਬੜਾ ਫੇਮਸ ਤੁਹਾਡਾ ਗੁਰਦੁਆਰੇ ਨੇ ਬੜੇ ਬੜੇ ਵੱਡੇ, ਮੈਂ ਇੱਥੇ ਹੀ ਹੁੰਦਾ, ਅਗਰ ਤੁਸੀਂ ਜਾਣੇ ਤੋਂ ਪਹਿਲੇ ਮੇਰੀ ਵੀ 2 ਮਿੰਟ ਗੱਲ ਸੁਣ ਜਾਣਾ ਜਦਾਕਲਾ। ਹਾਂਜੀ ਹਾਂਜੀ, ਕਰੋ ਗੱਲ ਕਰੋ, ਫਿਰ ਮੈਂ ਚੱਲ ਜਾਣਾ। ਕਹਿ ਰਹੇ ਨਾ ਜੀ, ਸੁਣੋ ਸੁਣੋ ਮੇਰੀ ਗੱਲ ਸੁਣੋ, ਪਹਿਲੀ ਗੱਲ ਹੈ ਵੀ ਬਾਈ ਨੇ ਪਹਿਲੀ ਗੱਲ ਕਰ ਛੱਡੀ, ਇਹ ਬੱਚੀਆਂ ਸਭ ਦੀਆਂ ਹੁੰਦੀਆਂ ਨੇ, ਇੰਡੀਆ ਵਿੱਚ, ਪਾਕਿਸਤਾਨ ਵਿੱਚ, ਹਿੰਦੂ, ਕੈਨੇਡਾ, ਯੂਕੇ, ਜਿੱਥੇ ਵੀ ਬੱਚੀ ਸਭ ਦੀ, ਕੋਈ ਰਿਲੀਜਨ ਹੈ ਉਹ ਸੈਪਰੇਟ ਚੀਜ਼ ਹੈ, ਠੀਕ ਹੈ। ਜਿਹਨੇ ਵੀ ਕੀਤਾ ਉਹ ਇੱਕ ਜਾਨਵਰ ਦਾ ਇਨਸਾਨ ਸੀ, ਉਹ ਅਗਰ ਕਿਸੇ ਨੇ ਜ਼ਬਰਦਸਤੀ ਜ਼ਨਾਹ ਕੀਤਾ ਜਾਂ ਜਬਰ ਕੀਤਾ ਉਹ ਰੇਪ ਕੀਤਾ, ਠੀਕ ਹੈ, ਅਤੇ ਇਹ ਤੁਸੀਂ ਪਹਿਲੀ ਗੱਲ, ਜਿਹੜੇ ਤੁਹਾਡੇ ਗੰਦੇ ਭਰਾ ਇਸਲਾਮ ਦਾ ਨਾਂ ਲੈ ਰਹੇ ਨੇ, ਤੁਸੀਂ ਸਾਨੂੰ ਕਹਿੰਦੇ ਨਾ ਕੰਡੈਮ ਕਰੋ, ਮੈਂ ਕੰਡੈਮ ਕਰਨਾ, ਦੂਜੇ ਅਸਦ ਭਾਈ ਨੇ ਵੀ ਕੰਡੈਮ ਕੀਤਾ, ਸਾਰੇ ਮੁਸਲਮਾਨ ਕੰਡੈਮ ਕਰ ਰਹੇ ਨੇ। ਨਹੀਂ ਮੇਰੀ ਸੁਣ ਲਓ ਨਾ, ਜਿਹੜੇ ਤੁਹਾਡੇ ਸਿੰਘ ਭਰਾ ਨੇ ਨਾ, ਜਿਹਨਾਂ ਨੇ ਬਰਾਡਾ ਲਾ ਕੇ ਪੈਗੰਬਰੇ ਇਸਲਾਮ ਅਤੇ ਪਾਕਿਸਤਾਨ ਦੇ ਖਿਲਾਫ ਨਫ਼ਰਤ ਫੈਲਾ ਰਹੇ ਹੁੰਦੇ ਨੇ, ਉਹਨਾਂ 'ਚ ਇੰਨੇ ਬੁਜ਼ਦਿਲ ਨੇ, ਮੁਸਲਮਾਨਾਂ ਨੂੰ ਚੁੱਕਦੇ ਨੇ, ਨਾਲ ਹੀ ਥੱਲੇ ਛੱਡ ਦਿੰਦੇ ਨੇ, ਤੁਹਾਨੂੰ ਪੂਰਾ ਟਾਈਮ ਦਿੱਤਾ ਜਾ ਰਿਹਾ ਨੇ ਇੱਥੇ। ਸਾਡੀ ਮੈਨੂੰ ਫੋਲੋ ਕਰ ਲਓ, ਸਾਡੀ ਬਰੋਡ ਚੱਲਦੀ ਆ, ਆਹ ਵੀਰ ਸਾਰੇ ਵਹਿੰਦੇ ਆ, ਇਹ ਮੈਂ ਤੁਹਾਨੂੰ ਉਹਨੇ ਫੋਲੋ ਕਰ ਲੈਣਾ, ਇਹ ਮੈਂ ਤੁਹਾਨੂੰ ਫੋਲੋ। ਭਾਈ ਜੀ, ਦੋਨਾਂ ਪਾਸਾ ਤੋਂ ਹੁੰਦਾ, ਇੱਕ ਪਾਸੇ ਨਹੀਂ ਹੁੰਦਾ, ਦੋਨਾਂ ਪਾਸੇ ਤੋਂ ਹੋ ਰਿਹਾ, ਪਲੀਜ਼ ਉਹਨਾਂ ਦੇ ਨਾਲ ਗੱਲ ਕਰੋ। ਦੇਖ ਸਿੰਘ ਸਾਹਿਬ, ਪਹਿਲੇ ਪੰਗਾ ਕੌਣ ਲੈਂਦਾ ਹੈ? ਜਿੱਥੇ ਕਿ ਯੂਕੇ 'ਚ ਕਿੰਨੇ ਕ੍ਰਾਈਮ, ਕਿੰਨੇ ਗੋਰੇ, ਕਿੰਨੇ ਬੱਚਿਆਂ ਨਾਲ ਰੇਪ ਕਰਦੇ ਨੇ, ਕੀ ਕੀ ਕੁਛ ਨਹੀਂ ਹੋ ਰਿਹਾ ਪੱਪੂ ਭਾਈ ਦੀ। ਇੱਕ ਗੱਲ ਜ਼ਰਾ ਗੌਰ ਨਾਲ, ਜਿਹੜੀ ਉਹਨੇ ਗੱਲ ਕੀਤੀ, ਮੈਂ ਚਾਹਾਂਗਾ ਉਹਨੂੰ ਹੀ ਚਾਂਸ ਦਿੱਤਾ ਜਾਏ, ਕਿਉਂਕਿ ਉਹ ਬੋਲ ਰਿਹਾ, ਮੈਂ ਇਸ ਲਈ ਵੱਡਾ ਕਰ ਰਿਹਾ, ਜਿਹਨੂੰ ਵੱਡਾ ਕਰ ਰਿਹਾ ਉਹ ਹੀ ਬੋਲੇ, ਮਿਹਰਬਾਨੀ ਫਰਮਾ ਕੇ। ਔਰ ਦੂਸਰੀ ਗੱਲ ਹੈਗੀ ਪੱਪੂ ਭਾਈ ਦੀ, ਜਿਹੜਾ ਪੁਆਇੰਟ ਹੈ ਨਾ, ਉਹ ਜ਼ਰਾ ਗੌਰ ਨਾਲ ਤੁਸੀਂ ਸਮਝੋ ਕਿ ਅਸੀਂ ਕੋਈ ਵੀ ਮੁਸਲਮਾਨ ਕਿਸੇ ਦੀ ਲਾਈਫ 'ਤੇ ਜਾਂਦਾ ਉਹਨੂੰ ਤੁਹਾਡਾ ਹੱਲ ਕਰਕੇ ਥੱਲੇ, ਤੁਸੀਂ ਇੱਥੇ ਬੈਠੇ ਹੋ, ਤੁਹਾਨੂੰ ਪੂਰਾ ਮੌਕਾ ਦਿੱਤਾ ਗਿਆ,
ਇਹੀ ਇੱਕ ਇਨਸਾਫ ਹੈ, ਇਹੀ ਇੱਕ ਇਨਸਾਨੀਅਤ ਹੈ, ਇਹਨੂੰ ਕਹਿੰਦੇ ਬਾਈ ਜੀ। ਅਸੀਂ ਇੱਥੇ ਬੈਠੇ ਹਾਂ ਜੋ ਕਿ ਸਾਂਝੀ ਵਾਰਤਾ ਦੀ ਗੱਲ ਹੋ ਰਹੀ ਆ ਨਾ, ਇਸ ਕਰਕੇ ਅਸੀਂ ਇੱਥੇ ਬੈਠੇ ਹਾਂ। ਅਸੀਂ ਉਹਨਾਂ ਲਾਈਵਾਂ ਦੇ ਵਿੱਚ ਵੀ ਨਹੀਂ ਜਾਂਦੇ ਹੈਗੇ ਜਿਹੜੀਆਂ ਲਾਈਵਾਂ ਤੁਹਾਡੇ ਪੈਗੰਬਰਾਂ ਨੂੰ ਜਾਂ ਮੁਸਲਮਾਨ ਧਰਮਾਂ ਨੂੰ ਟਾਰਗੇਟ ਕਰ ਰਹੀਆਂ। ਔਰ ਬਾਕੀ ਮੈਂ ਜ਼ਿਆਦਾ ਗੱਲ ਕਰਨ ਦੀ ਕੋਸ਼ਿਸ਼ ਕਰ ਰਿਹਾ। ਦੇਖੋ ਉਹ ਅਹਿਮਦ ਸਾਹਿਬ ਆਏ ਸੀਗੇ, ਉਹਨਾਂ ਦੀਆਂ ਗੱਲਾਂ ਦਾ ਮੇਰੇ ਕੋਲ ਬਹੁਤ ਵਾਜਬ ਅਤੇ ਵਧੀਆ ਜਵਾਬ ਸੀਗਾ। ਉਹਨਾਂ ਨੇ ਪਹਿਲੀ ਗੱਲ ਕੀਤੀ ਸੀਗੀ ਕਿ ਯਾਨੀ ਕਿ ਉਹਨਾਂ ਨੇ ਸਟਾਰਟ ਕੀਤਾ ਸੀਗਾ ਕਿ ਕਿਸ ਬੱਬੂ ਭਾਈ ਦਾ ਹੱਕ ਮਰ ਰਿਹਾ ਉਹਨਾਂ ਦਾ ਰਾਈਟ ਬੰਦਾ, ਤੁਸੀਂ ਥੋੜਾ ਜਿਹਾ ਨਾ ਇਹਦੇ ਬਾਅਦ ਤੁਹਾਨੂੰ ਚਾਂਸ ਦੇਣਾ। ਬੱਬੂ ਭਾਈ ਤੁਸੀਂ ਆਪਣੀ ਗੱਲ, ਚਲੋ ਠੀਕ ਆ, ਓਕੇ ਕਰ ਲਓਗਾ ਭਾਈ, ਸੁਣ ਲਓ, ਹਾਂਜੀ ਦੇਖੋ ਜੀ ਪੱਪੂ ਜੀ ਗੱਲ ਹੈ ਵੀ ਤੁਸੀਂ, ਮੈਂ ਹੁਣ ਅੱਜ ਅਗਰ ਸਾਊਥ ਵੱਲ ਖੜਾ ਹੋ ਜਾਣਾ ਸਾਰੀਆਂ ਮਸਜਿਦਾਂ ਜਾਵਾਂ ਨਾ, ਮੈਂ ਸਭ ਨੂੰ ਪੁੱਛਾਂ ਪਹਿਲੀ ਗੱਲ ਇੱਥੇ ਮੁਸਲਮਾਨਾਂ ਨੂੰ ਪਤਾ ਨਹੀਂ, ਮੈਨੂੰ ਤਾਂ ਪਤਾ ਹੀ ਨਹੀਂ ਸੀ ਇਹ ਕੇਸ ਹੋਇਆ, ਇਹ ਬਰਾਡਾਂ ਦੇ ਵਾਹ ਉਛਲੀਏ ਅਤੇ ਉਹੀ ਗੱਲ ਯੂਕੇ ਨਾਲੋਂ ਜ਼ਿਆਦਾ ਜਿਹੜੇ ਕੈਨੇਡਾ ਅਤੇ ਅਮਰੀਕਾ ਬੈਠੇ ਨੇ, ਇੰਡੀਆ ਬੈਠੇ, ਉਹਨਾਂ ਨੂੰ ਜ਼ਿਆਦਾ ਤਕਲੀਫ ਹੋ ਰਹੀ ਹੈ। ਯੂਕੇ 'ਚ ਇੰਨੀ ਆਵਾਜ਼ ਨਹੀਂ ਚੱਲੀ ਇਸ ਚੀਜ਼ ਦੀ। ਮੈਂ ਗਰੰਟੀ ਦੇਣਾ, ਮੈਂ 1000 ਮੁਸਲਮਾਨ ਕਹੋਗੇ ਮੈਂ ਸਭ ਨੂੰ ਇੰਟਰਵਿਊ ਕਰ ਦਿਆਂਗਾ, ਕਹਿੰਦੇ ਤਾਂ ਮੈਂ ਯੂਟਿਊਬ 'ਤੇ ਵੀ ਚੜਾ ਦਿਆਂਗਾ, ਇੱਕ ਮੁਸਲਮਾਨ ਵੀ ਨਹੀਂ ਕਹੇਗਾ ਨਹੀਂ ਅੱਛਾ ਹੋਇਆ ਹੈ। ਪਹਿਲੀ ਗੱਲ ਇਹ ਸਭ ਡਰੋਪੀ ਡਰਾਮਾ ਇਸ ਮੁਲਕ ਦੇ ਅੰਦਰ, 5 ਸਾਲ ਦੇ ਬੱਚੇ ਨੂੰ ਦੂਜੀ ਵਾਰੀ ਖਾਣਾ ਨਾ ਦਿਓ, ਪੁਲਿਸ ਨੂੰ ਕਾਲ ਕਰ ਦਿੰਦਾ ਹੈ, ਕੀ ਬਦਤਮੀਜ਼ੀ ਹੈ ਜੀ, 13 ਸਾਲ ਦਾ ਮਜ਼ਹਬ ਜ਼ੋਰ ਜ਼ਬਰਦਸਤੀ ਕਰ ਦਿੱਤਾ ਹੈ, ਸਭ ਸਭ ਬਕਵਾਸ ਹੈ, ਕੁਛ ਵੀ ਨਹੀਂ। 13 ਸਾਲ ਦੇ ਬੱਚੇ ਮੇਰੇ ਆਪਣੇ ਪਤਰੀਏ ਨੇ, ਭੰਜੇ ਭੰਨੀਆਂ ਨੇ, ਠੀਕ ਹੈ, ਕੋਈ ਮਾਂ ਬਾਪ ਤਾਂ ਇੱਥੇ ਡਰਦੇ ਨਹੀਂ ਯਾਰ ਬੱਚੇ ਨੂੰ, ਇੱਥੇ ਤਾਂ ਬੱਚਾ ਆਪਣੇ ਮਜ਼ਹਬ 'ਤੇ ਚਲਾ ਲਓ। ਨਹੀਂ ਹੋਣਾ ਸਾਨੂੰ ਮੁਸਲਮਾਨਾਂ ਨੂੰ ਕੋਈ ਨੁਕਸਾਨ ਨਹੀਂ ਹੋਣਾ, ਅਲਹਮਦੁਲਿਲਾ ਦੁਨੀਆ ਦੀ ਸਭ ਨੂੰ ਵੱਡੀ ਤਾਕਤ ਅਸੀਂ ਹਾਂ, ਠੀਕ ਹੈ, ਅਤੇ ਦਿਨ ਬ ਦਿਨ ਇਸਲਾਮ ਫੈਲ ਰਿਹਾ, ਅਤੇ ਨਫ਼ਰਤ ਤੁਸੀਂ ਵੀ ਆਪਣੇ ਭਰਾਵਾਂ ਨੂੰ ਘੋ ਨਾ ਫੈਲਾਉਣ। ਤਾਂ ਉਹ ਜਿਹੜੀ ਵੀ ਬੱਚੀ ਸੀ ਸਾਡੀ ਬੱਚੀ ਸੀ, ਠੀਕ ਹੈ, ਮੈਂ ਕਹਿੰਦਾ ਬਾਈ ਨੇ ਵੀ ਅੱਗੇ ਆਖਿਆ ਸਭ ਬੱਚੀਆਂ ਸਾਡੀਆਂ ਨੇ ਯਾਰ, ਠੀਕ ਹੈ, ਅਤੇ ਕਿਸੇ ਦੀ ਬੱਚੀ ਦੇ ਨਾਲ ਵੀ ਕੋਈ ਜ਼ਿਆਦਾ ਕਰੇਗਾ ਮੈਂ ਅੱਗੇ ਖੜਾ ਹੋਵਾਂਗਾ, ਠੀਕ ਹੈ, ਮੇਰੇ ਲੰਘ ਕੇ ਕਿਸੇ ਦਿਨ ਬੱਚੀ ਨੂੰ ਹੱਥ ਲਾਏਗਾ। ਜਜ਼ਾਕਲਾ ਜੀ, ਪੁਆਇੰਟ ਆ ਗਿਆ ਖਾਲਿਸਤਾਨੀ ਭਾਈ, ਤੁਸੀਂ ਬਦਲ ਕੇ ਜਵਾਬ ਦੇ ਸਕਦੇ ਹੋ। ਹਾਂਜੀ ਬਾਈ ਜੀ, ਗੱਲ ਕਿ ਇੱਦਾਂ ਕਿ ਨਾ ਪਹਿਲਾਂ ਅਹਿਮਦ ਸਾਹਿਬ ਆਏ ਸੀਗੇ ਅਤੇ ਉਹਨਾਂ ਨੇ 2-3 ਸਵਾਲ ਕੀਤੇ ਸੀ, ਮੈਂ ਉਹਨਾਂ ਦਾ ਜਵਾਬ ਦੇਣਾ ਚਾਹਾਂਗਾ। ਉਹਨਾਂ ਨੇ ਕਿਹਾ ਸੀਗਾ ਕਿ ਹਾਂਜੀ, ਜੋ ਵੀ ਉਹ ਭਾਈ ਸਾਹਿਬ ਦਾ ਨਾਮ ਸੀਗਾ, ਉਹਨਾਂ ਨੇ ਕਿਹਾ ਸੀਗਾ ਕਿ ਕੋਈ ਕਿਸੇ ਨੂੰ ਹੈ ਨਾ ਜ਼ਬਰਦਸਤੀ ਧਰਮ ਕਰ ਸਕਦਾ ਹੈ ਫੋਰਸਫੁਲੀ। ਤਾਂ ਦੇਖੋ ਜਿਹੜਾ 13 ਸਾਲ ਦੇ ਬੱਚੇ ਨੂੰ ਅਗਰ ਕੋਈ ਕਹਿ ਰਿਹਾ ਵੀ ਹਾਂ ਉਹਨੇ ਇਸਲਾਮ ਕਬੂਲ ਕਰ ਲਿਆ, ਤੁਸੀਂ ਸਾਰੇ ਜਣੇ ਬੈਠੇ ਹਾਂ, ਵਿੱਚ ਸਿੱਖ ਹੈਗੇ ਹਾਂ, ਵਿੱਚ ਮੁਸਲਮਾਨ ਹੋ ਤੁਸੀਂ ਸਾਰੇ ਜਣੇ, ਤੁਸੀਂ ਮੈਨੂੰ ਦੱਸੋ 18 ਸਾਲ ਦੇ ਬੱਚੇ, 18 ਸਾਲ ਤੋਂ ਛੋਟੀ ਉਮਰ ਦੇ ਨੂੰ ਵੋਟ ਪਾਉਣ ਦਾ ਅਧਿਕਾਰ ਵੀ ਹੈ ਨਹੀਂਗਾ ਕਿਸੇ ਵੀ ਮੁਲਕ ਦੇ ਵਿੱਚ, ਅਤੇ ਉੱਥੇ 13 ਸਾਲ ਦਾ ਬੱਚਾ, ਸਾਡੇ ਵੀ ਬੱਚੇ ਹੈਗੇ ਆ, ਤੁਹਾਡੇ ਸਾਰਿਆਂ ਦੇ ਹੋਣਗੇ, ਟੋਫੀਆਂ ਦੇ ਉੱਤੇ ਮੰਨ ਜਾਂਦੇ ਆ ਬੱਚੇ, ਕਿੱਦਾਂ ਤੁਸੀਂ ਕਹਿ ਸਕੋਗੇ ਵੀ ਹਾਂ ਵੀ ਉਹ ਜੋ ਹੋਇਆ, ਜੇ ਤੁਸੀਂ ਜਸਟੀਫਾਈ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤੁਸੀਂ ਸਰਾਸਰ ਗਲਤ ਕਰ ਰਹੇ ਹਾਂ। ਉਹਦਾ ਜਵਾਬ ਇੱਕ ਇਹ ਸੀਗਾ। ਵੀਰ ਜੀ ਮੇਰੀ ਗੱਲ, ਦੂਜਾ ਭਾਈ ਸਾਹਿਬ ਮੈਨੂੰ ਕਈ ਗੱਲਾਂ ਭੁੱਲ ਜਾਂਦੀ ਗੱਲ ਕਰ ਰਹੇ ਹਾਂ, ਕੱਲ ਸੰਗਤ ਵਿੱਚ ਤੁਹਾਨੂੰ ਮੌਕਾ ਦਿੱਤਾ ਜਾਏਗਾ ਬਾਅਦ ਚੋਂ, ਇੱਕ ਹੁਣ ਬੋਲ ਲੈਣ 2 ਮਿੰਟ। ਉਹ ਭਾਈ ਹਰਦੀਪ, ਓਕੇ ਓਕੇ ਵੀਰੇ, ਬੋਲੋ ਬੋਲੋ, ਦੇ ਮਿਊਟ ਲਾ ਲਾ ਵੀਰੇ ਯਾਰ, ਗੱਲ ਕਰਨ ਦੇ ਉਹਨਾਂ ਨੂੰ। ਨਹੀਂ ਨਹੀਂ ਜੀ, ਖਾਲਿਸਤਾਨੀ ਭਾਈ ਕਰੋ ਗੱਲ, ਤੁਹਾਡੀ ਆਵਾਜ਼ ਨਹੀਂ ਆ ਰਹੀ ਜੀ ਖਾਲਿਸਤਾਨੀ। ਕੈਨੇਡਾ ਵਾਲੇ ਸਿੱਖਾਂ ਨੂੰ ਜ਼ਿਆਦਾ ਪ੍ਰੋਬਲਮ ਹੋਈ ਆ ਅਤੇ ਇੰਗਲੈਂਡ ਵਾਲੇ ਬੋਲੇ ਨਹੀਂ, ਤਾਂ ਮੈਂ ਪਹਿਲਾਂ ਦੱਸ ਦੇਵਾਂ ਵੀ ਸਭ ਤੋਂ ਪਹਿਲਾਂ ਸਾਨੂੰ ਇੱਥੇ ਸੁਪਨੇ ਨਹੀਂ ਆਉਂਦੇ ਹੈਗੇ
ਕਿ ਕੀ ਚੱਲ ਰਿਹਾ। ਹਾਲਾਂਕਿ ਇੱਥੇ ਤਾਂ ਕੈਨੇਡਾ ਅਮੈਰੀਕਾ ਦਾ ਮਾਹੌਲ ਬਹੁਤ ਸ਼ਾਂਤ ਆ, ਇੱਥੇ ਭਾਈਚਾਰਾ ਬਹੁਤ ਆ ਸਿੱਖਾਂ ਦੇ ਵਿੱਚ ਅਤੇ ਮੁਸਲਮਾਨਾਂ ਦੇ ਵਿੱਚ ਕੋਈ ਇੱਦਾਂ ਦਾ ਰੌਲਾ ਨਹੀਂ ਹੈਗਾ। ਔਰ ਇਹ ਗੱਲ ਕਹਿ ਰਹੇ ਵੀ ਇਹਨਾਂ ਨੇ ਰੌਲਾ ਪਹਿਲਾਂ ਪਾਇਆ, ਨਹੀਂ ਗਲਤ ਗੱਲ ਆ। ਸਰਦਾਰ ਜੀ ਓਫੀਸ਼ੀਅਲ ਦੀ ਨਾਮ ਦੀ ਆਈ ਡੀ ਤੋਂ ਇੱਕ ਸਿੰਘ ਨੇ ਸਭ ਤੋਂ ਪਹਿਲਾਂ ਇਹ ਗੱਲ ਨੂੰ ਨਸ਼ਰ ਕੀਤਾ ਸੀਗਾ ਟਿਕਟੋਕ ਦੇ ਉੱਤੇ ਵੀ ਭਾਈ ਆਹ ਕੰਮ ਹੋਇਆ ਵੀ 13 ਸਾਲ ਦੀ ਬੱਚੀ ਨੂੰ ਬਰਗਲਾ ਕੇ ਉਹਨੂੰ ਮੁਸਲਮਾਨ ਬਣਾ ਲਿਆ ਗਿਆ ਆ। ਆਹ ਮੈਨੂੰ ਅੱਜ ਪਤਾ ਲੱਗਾ ਵਾ ਵੀ ਉਹਦੇ ਨਾਲ ਸ਼ਾਇਦ ਰੇਪ ਵਗੈਰਾ ਵੀ ਹੋਇਆ ਹਨਾ, ਤੇ ਹੁਣ ਉਹ ਕਹਿ ਰਹੇ ਆ ਵੀ ਕੁਛ ਜਿਹੜੇ ਲੋਕ ਰੇਪ ਕਰ ਲੈਂਦੇ ਆ ਉਹ ਬਾਅਦ ਚ ਇਸਲਾਮ ਨੂੰ ਦੂਜਾ ਕਰਦੇ ਆ, ਵੀ ਕਹਿਣ ਦਾ ਮਤਲਬ ਟਾਰਗੇਟ ਕਰਦੇ ਆ ਕਿ ਹਾਂ ਭਾਈ ਇਹ ਜਾਣੀ ਇਹ ਗਰੂਮਿੰਗ ਕਰਦੇ ਆ। ਨਹੀਂ ਦੇਖੋ ਇਹ ਗੱਲ ਗਲਤ ਆ, ਇਹ ਚੀਜ਼ ਹੋ ਰਹੀ ਆ। ਮੇਰੇ ਨਾਲ ਕੁੜੀ ਪੜ੍ਹਦੀ ਸੀਗੀ 2011 ਦੇ ਵਿੱਚ, ਉਹ ਨਵੀਂ ਆਈ ਪੰਜਾਬ ਤੋਂ ਇੱਥੇ ਸਟੱਡੀ ਬੇਸ ਦੇ ਉੱਤੇ। ਸੁਣ ਲਓ ਪਲੀਜ਼ ਮੈਂ ਤੁਹਾਡੇ ਕਿਸੇ ਨਾਲ ਲੜ ਨਹੀਂ ਰਿਹਾ, ਮੈਂ ਤੁਹਾਨੂੰ ਹਕੀਕਤ ਬਿਆਨ ਕਰ ਰਿਹਾ ਵਾਂ। ਇੱਕ ਤੇ ਜਿਹੜੀ ਤੁਸੀਂ ਗੱਲ ਕੀਤੀ ਉਹ ਸਰਦਾਰ ਜੀ ਓਫੀਸ਼ੀਅਲ ਨਾਂ ਦੀ ਆਈ ਡੀ ਤੋਂ ਗੱਲ ਨਿਕਲੀ ਸੀਗੀ ਤਾਂ ਪਤਾ ਲੱਗਾ, ਤੇ ਉਹਦੇ ਵਿੱਚ ਉਹਨਾਂ ਨੇ ਪਹਿਲਾਂ ਤਾਂ ਗਲਤ ਉਹਨਾਂ ਨੇ ਅਲਫਾਜ਼ ਵਰਤੇ ਸੀਗੇ, ਪਰ ਉਹਨਾਂ ਨੇ ਦੂਜੇ ਦਿਨ ਨੂੰ ਆਪਣੀ ਵੀਡੀਓ ਕੱਟ ਦਿੱਤੀ ਕਿਉਂਕਿ ਸਾਡੇ ਬੰਦਿਆਂ ਨੇ ਉਹਨਾਂ ਨੂੰ ਕਿਹਾ ਵੀ ਨਹੀਂ ਬਈ ਤੈਂ ਗਲਤ ਗੱਲਾਂ ਕੀਤੀਆਂ ਆ, ਇਹ ਵੀਡੀਓ ਕੱਟ। ਉਹਨੇ ਕੱਟ ਦਿੱਤੀ, ਉਸ ਤੋਂ ਬਾਅਦ ਉਹਨੇ 2-3 ਵੀਡੀਓ ਦੇ ਵਿੱਚ ਮਾਫ਼ੀ ਵੀ ਮੰਗੀ ਆ ਵੀ ਬਈ ਮੇਰੇ ਕੋਲ ਗਲਤ ਬੋਲਿਆ ਗਿਆ ਕਿਉਂਕਿ ਮੈਂ ਜਜ਼ਬਾਤੀ ਹੋ ਕੇ ਗਲਤ ਬੋਲਿਆ। ਬਾਕੀ ਤੁਸੀਂ ਹੁਣ ਇਹ ਗੱਲ ਕੀਤੀ ਸੀਗੀ ਕਿ ਵੀ ਉਹ ਕੁਛ ਜਿਹੜੇ ਲੋਕ ਆ ਉਹ ਰੇਪ ਕਰਕੇ ਹਨਾ ਬਾਅਦ ਦੇ ਵਿੱਚ ਉਹ ਇਸਲਾਮ ਨੂੰ ਬਦਨਾਮ ਕਰਦੇ ਆ, ਵੀ ਗਰੂਮਿੰਗ ਵਾਲੀ ਕੋਈ ਗੱਲ ਨਹੀਂ ਹੈਗੀ। ਮੇਰੇ ਨਾਲ ਕੁੜੀ ਪੜ੍ਹਦੀ ਸੀਗੀ ਉਹ ਹਨਾ 2011 ਦੇ ਵਿੱਚ ਉਹ ਪਲੱਸ 2 ਕਰਕੇ ਇੱਥੇ ਆਈ, ਤਕਰੀਬਨ 17-18 ਵੀ ਮੇਰਾ ਖਿਆਲ ਉਹਦੀ ਉਮਰ ਉਦੋਂ ਸੀਗੀ ਨਹੀਂ, 17 ਸਾਲਾਂ ਦੀ ਉਮਰ ਦੇ ਵਿੱਚ ਪਲੱਸ 2 ਬੰਦਾ ਕਰ ਲੈਂਦਾ ਵਾ। ਉਹ ਇੱਥੇ ਸਟੱਡੀ ਬੇਸ 'ਤੇ ਆਈ ਸੀਗੀ ਅਤੇ ਉਹ 6 ਮਹੀਨਿਆਂ ਦੇ ਵਿੱਚ ਵਿੱਚ ਮੁਸਲਮਾਨ ਬਣਾ ਲਈ ਗਈ। ਸਹੀ ਆ, ਤੇ ਹੁਣ ਤੁਸੀਂ ਹਿਸਾਬ ਲਾ ਲਓ ਜੇ ਇਹ ਚੀਜ਼ ਚੱਲ ਰਹੀ ਆ। ਮੈਨੂੰ ਪਤਾ ਆ ਮੇਰੇ ਕੋਲ ਨਾ ਗੱਲ ਬਾਪੂ ਭਾਈ ਦੀ ਚੋਰ ਪੜੀ ਸੀ ਮੁਸਲਮਾਨ ਬਣ ਗਈ ਤੇ ਕੀ ਹੋ ਗਿਆ ਉਹਨੂੰ ਹਦਾਇਤ ਮਿਲ ਗਈ ਰਸਤਾ ਸਿੱਧਾ ਵੇਖ ਲੈ ਤੇ ਗੁਨਾਹ ਕਿਹੜਾ ਨਹੀਂ 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 ਵੀਰੇ ਗੱਲ ਸੁਣ ਸਿੰਘ ਹੋ ਜਾ ਇੱਕ ਮਿੰਟ ਮੈਂ ਅੱਜ ਸਿੰਘ ਹੋ ਜਾਵਾਂ ਮੈਂ ਅੱਜ ਤੁਸਾਂ ਭਾਈ ਨੂੰ ਥੱਲੇ ਸੁੱਤੋ ਸੀ ਸ਼ੈਤਾਨ ਬੰਦੇ ਨੂੰ ਨਹੀਂ ਇੱਥੇ ਲਈਦਾ ਹੁੰਦਾ। ਮੇਰੀ ਗੱਲ ਸੁਣ ਲਾ, ਇੱਕ ਮੇਰੀ ਗੱਲ ਸੁਣ ਲਾ, ਸਾਰੇ ਮਿਊਟ ਹੋ ਜਾਣ ਜਰਾ ਵੇਟ ਕਰੋ ਸਰ। ਖਾਲਿਸਤਾਨੀ ਭਾਈ ਮੈਂ ਉਹਨਾਂ ਨੂੰ ਥੱਲੇ ਲਾਇਆ, ਤੁਸੀਂ ਆਪਣੀ ਗੱਲ ਜਿੰਨੀ ਜਲਦੀ ਹੋ ਸਕਦੀ ਪਲੀਜ਼ ਜ਼ਰਾ ਕੰਪਲੀਟ ਕਰੋ ਤਾਂ ਕਿ ਕਿਸੇ ਹੋਰ ਨੂੰ ਵੀ ਮੌਕਾ ਮਿਲੇ। ਓਕੇ ਵੀਰੇ ਮੇਰੀ ਗੱਲ ਦਾ ਜਵਾਬ ਦੇ ਦਿਓ, ਮੈਂ ਤੁਹਾਨੂੰ ਇੱਕ ਗੱਲ ਕਰ ਰਿਹਾ। ਹਾਂਜੀ ਠੀਕ ਹੈ ਵੀਰੇ, 18 ਸਾਲ ਤੱਕ ਬੰਦਾ ਵੋਟ ਨਹੀਂ ਪਾ ਸਕਦਾ, ਠੀਕ ਹੈ ਵੀਰੇ? ਠੀਕ ਹੈ ਜੀ। ਤੁਸੀਂ ਇੱਦਾਂ ਕਰਿਓ ਵੀਰੇ, ਮੈਂ ਤੁਹਾਨੂੰ ਇੱਕ ਕੰਟੀਨਿਊਸ ਇੱਕ ਗੱਲ ਕਰ ਰਿਹਾ, ਤੁਸੀਂ ਮੇਰੇ ਕੋਲੇ 18 ਸਾਲ ਤੋਂ ਪਹਿਲਾਂ ਉਮਰ ਦਾ ਬੱਚਾ ਦਿਓ। ਹਾਂਜੀ ਮੇਰੀ ਆਵਾਜ਼ ਆ ਰਹੀ ਹੈ ਭਾਈ ਸਾਹਿਬ ਜੀ? ਵੀਰ ਜੀ ਮੈਂ ਇੱਕ ਇੱਕ 1x1 ਲੈ ਰਿਹਾ, ਪਹਿਲੇ ਖਾਲਿਸਤਾਨੀ ਭਾਈ ਨੂੰ ਗੱਲ ਪੂਰੀ ਹੋ ਲੈਂਦੀ, ਉਹਦੇ ਬਾਅਦ ਮੈਂ ਹਰਦੀਪ ਸਾਹਿਬ ਨੂੰ ਲੈਣਾ ਤੇ ਬਰਾਏ ਮਿਹਰਬਾਨੀ ਉਹਦੇ ਬਾਅਦ ਆਪਾਂ ਗੱਲ ਕਰਦੇ ਹਾਂ। ਖਾਲਿਸਤਾਨੀ ਭਾਈ ਮੈਂ ਉਹ ਜਿਹੜੇ ਭਾਈ ਸਾਹਿਬ ਨੂੰ ਤੁਸੀਂ ਥੱਲੇ ਲਾ ਦਿੱਤਾ ਤੁਹਾਨੂੰ ਉਹਨਾਂ ਨੂੰ ਲਾਣਾ ਨਹੀਂ ਸੀ ਚਾਹੀਦਾ, ਪਰ ਉਹਨਾਂ ਨੂੰ ਵੀ ਬੇਨਤੀ ਆ ਕਿ ਤੁਸੀਂ ਠੰਡੇ ਮੱਤ ਨਾਲ ਹਾਂ ਗੱਲ ਸੁਣਨੀ ਚਾਹੀਦੀ ਆ ਤੁਹਾਨੂੰ ਹਨਾ, ਕਿਉਂਕਿ ਤੁਸੀਂ ਕੋਈ ਗੱਲ ਹਾਂ 17.5 ਸਾਲਾਂ ਦੀ 17 ਤੋਂ ਲੈ ਕੇ ਉਹਦੀ 18 ਉਮਰ ਹੋਈ ਨਹੀਂ ਸੀ ਕਿਉਂਕਿ ਮੇਰੇ ਨਾਲ ਪੜ੍ਹਦੀ ਜਦੋਂ ਮੇਰੀ 18 ਸਾਲ ਉਮਰ ਨਹੀਂ ਸੀਗੀ ਤਾਂ ਉਹਦੀ ਵੀ ਕਿੱਦਾਂ ਸੀਗੀ ਹਨਾ। ਹੁਣ ਉਹ ਕਹਿ ਰਹੇ ਆ ਵੀ 17 ਸਾਲ ਦੀ ਕੁੜੀ
ਮੁਸਲਮਾਨ ਬਣਾ ਲਈ ਗਈ ਤੇ ਇਹਦੇ ਚ ਗਲਤ ਕੀ ਆ? ਮੈਂ ਉਹਨਾਂ ਨੂੰ ਪੁੱਛਦਾ ਆ ਕਿ ਇੱਕ ਜਦੋਂ ਪ੍ਰਦੇਸ਼ਾਂ ਦੇ ਵਿੱਚ ਦੇਖੋ ਤੁਹਾਡੀਆਂ ਧੀਆਂ ਭੈਣਾਂ ਵੀ ਇੱਥੇ ਹੈਗੀਆਂ, ਸਾਡੀਆਂ ਵੀ ਆਉਣੀਆਂ ਬਾਹਰ ਮੁਲਕਾਂ ਦੇ ਵਿੱਚ, ਹਨਾ। ਹੁਣ ਜਦੋਂ ਬੰਦਾ ਬੱਚਾ ਇੱਥੇ ਆਉਂਦਾ ਆ ਉਹ ਬਿਲਕੁਲ ਅਣਜਾਣ ਹੁੰਦਾ, ਘਰਾਂ ਦੇ ਵਿੱਚੋਂ ਕੁੜੀਆਂ ਨੂੰ ਅਕਸਰ ਨਹੀਂ ਕੱਢਿਆ ਜਾਂਦਾ, ਉਹ ਬਿਲਕੁਲ ਹੀ ਕੋਰੀਆਂ ਹੁੰਦੀਆਂ। ਹੁਣ ਕੋਈ ਆ ਕੇ ਉਹਨਾਂ ਨੂੰ ਕੋਈ ਗੁੰਮਰਾਹ ਕਰਕੇ ਕੋਈ ਕੁਛ ਵੀ ਕਰਵਾ ਲਵੇ, ਹਨਾ, ਬਾਅਦ ਦੇ ਵਿੱਚ ਉਹਨੂੰ ਫਿਰ ਇੱਕ ਆਪਾਂ ਜਸਟੀਫਾਈ ਕਰੀਏ, ਇਹ ਕਿੰਨੀ ਚੰਗੀ ਗੱਲ ਆ, ਹਨਾ। ਇਸ ਤੋਂ ਇਲਾਵਾ ਕੋਈ ਫਿਰ ਉਹ 18 ਸਾਲ ਦੀ ਨਹੀਂ ਸੀਗੀ, ਮੈਚੋਰ ਬੰਦਾ ਇਸਲਾਮ ਧਰਮ ਕਰੇ ਅਪਣਾਵੇ, ਸਾਨੂੰ ਕੋਈ ਇਤਰਾਜ਼ ਨਹੀਂ ਗਾ, ਪਰ ਜੇ ਤੁਸੀਂ ਉਹਨੂੰ ਜਸਟੀਫਾਈ ਕਰਦੇ ਹੋ ਗਲਤ ਗੱਲ ਆ। ਹਰਦੀਪ ਸਾਹਿਬ ਅਗਰ ਮੇਰੀ ਆਵਾਜ਼ ਆ ਰਹੀ, ਵੀਰੇ ਮੈਂ ਆਵਾਜ਼ ਸੁਣ ਰਿਹਾ, ਵੀਰੇ ਮੇਰੀ ਗੱਲ ਸੁਣੋ, ਖਾਲਿਸਤਾਨੀ ਭਾਈ ਨੇ ਵੀ ਇਹੀ ਗੱਲ ਕੀਤੀ ਹੈ, ਮੈਂ ਵੀ ਤੁਹਾਡੇ ਨਾਲ ਇਹੀ ਗੱਲ ਕਰਦਾ। ਵੀਰੇ ਜਦੋਂ 18 ਸਾਲ ਤੋਂ ਪਹਿਲਾਂ ਬੱਚੇ ਨੂੰ ਨਾਬਾਲਗ ਹੀ ਸਮਝਿਆ ਨਾ, ਬਾਲਕ ਉਦੋਂ ਹੁੰਦਾ ਜਦੋਂ 18 ਸਾਲ ਪਲੱਸ, ਠੀਕ ਹੈ ਵੀਰੇ। ਤੁਹਾਡੀ ਬੱਚੀ ਹੋਵੇ ਇੱਥੇ ਇੱਦਾਂ ਦੇ ਸਿਚੁਏਸ਼ਨ ਬਣ ਜਾਂਦੀ ਆ ਵੀ ਬੱਚਿਆਂ ਲਈ ਉਹਨਾਂ ਨੂੰ ਕੁਛ ਮਰਜ਼ੀ ਕਰਵਾ ਲਓ ਵੀਰੇ, ਜੋ ਮਰਜ਼ੀ ਦੇ ਕੇ, ਠੀਕ ਆ। 13 ਸਾਲ ਦੀ ਬੱਚੀ ਨੂੰ ਜੋ ਤੁਸੀਂ ਮਰਜ਼ੀ ਕਹਿ ਕੇ ਕਰਵਾ ਸਕਦੇ ਹੋ ਵੀਰੇ, ਤੁਸੀਂ ਇੱਦਾਂ ਕਰੋ, 13 ਸਾਲ ਤਾਂ ਬਹੁਤ, 18 ਸਾਲ ਦੀ ਬੱਚੀ ਨੂੰ ਸਾਡੇ ਕੋਲ ਛੱਡ ਦਿਓ, ਤੁਸੀਂ ਜੋ ਕਹੋਗੇ। ਇੱਕ ਮਿੰਟ ਵੀਰੇ, ਤੁਹਾਡੀ ਗੱਲ ਵਿੱਚ ਆ, ਮੈਂ ਤੁਹਾਨੂੰ ਇੱਕ ਗੱਲ ਕਹਿਣਾ, ਸਿੱਖਾਂ ਦੇ ਵਿੱਚ ਕਿਉਂ ਨਹੀਂ ਇੱਦਾਂ ਦਾ ਕੁਛ ਹੁੰਦਾ, ਸਿਰਫ ਮੁਸਲਿਮ ਦਾ ਨਾਂ ਕਿਉਂ ਉੱਠਦਾ, ਮੈਨੂੰ ਇਹਨਾਂ ਦੱਸ ਦਿਓ। ਠੀਕ ਹੈ ਸਰ, ਠੀਕ ਹੈ, ਪੁਆਇੰਟ ਆ ਗਿਆ ਤੁਹਾਡਾ, ਤੇ ਅਸੀਂ ਲੈਟਸ ਪਲੇ ਵਾਲਿਆਂ ਨੂੰ ਕਹਿੰਦੇ ਹਾਂ ਤੁਹਾਡਾ ਜਵਾਬ ਪੂਰਾ ਦੇਣ ਦਾ। ਹਾਂਜੀ ਹਾਂਜੀ, ਚਲੋ ਜੀ ਜਾਓ ਜੀ ਜਨਾਬ ਭਾਈ, ਜ਼ਰਾ ਪੁਆਇੰਟ ਜ਼ਰਾ ਇਸ ਤਰ੍ਹਾਂ ਕਰਨਾ ਭਾਈ, ਮੈਂ ਤੁਹਾਨੂੰ ਨਹੀਂ ਜਾਣਦਾ ਬਰਹਾਲ, ਲੇਕਿਨ ਫਿਰ ਵੀ ਤੁਸੀਂ ਉਹ ਨਜਫ ਆਪਣਾ ਸ਼ੁਰਤਾ ਭਾਈ ਨਜਫ। ਅੱਛਾ ਨਜਫ, ਅੱਛਾ ਅੱਛਾ ਭਾਈ ਜੀ ਕਰੋ ਗੱਲ। ਜੀ ਜੀ ਸਮਝ ਗਿਆ। ਅੱਛਾ ਯਾਰਾ ਜੀ, ਮੇਰੇ ਹਾਲਸਤਾਨੀ ਭਾਈ ਨੇ ਗੱਲ ਕੀਤੀ ਹੈ, ਇੱਕ ਦੋ ਪੁਆਇੰਟ ਮੈਂ ਇਹਨਾਂ ਦੇ ਸਾਹਮਣੇ ਰੱਖਣਾ ਚਾਹਨਾ ਵਾ ਕਿ ਫਸਟ ਆਫ ਆਲ ਜਿਹਨੇ ਅਗਰ ਰੇਪ ਕੀਤਾ ਹੈ ਉਹ ਮੇਰੀ ਵੀ ਧੀ ਉਹ ਮੇਰੀ ਵੀ ਭੈਣ ਹੈ, ਇਹ ਸਾਰਿਆਂ ਭਰਾਵਾਂ ਨੇ ਗੱਲ ਕੀਤੀ ਹੈ। ਤੁਹਾਡੇ ਅੱਗੇ ਗੁਜ਼ਾਰਿਸ਼ ਇਹ ਸੀ, ਜੇਕਰ ਕਿਸੇ ਵੀ ਬੰਦੇ ਨੇ ਕੀਤਾ ਸੀ ਤੁਹਾਡਾ ਕੰਮ ਬਣਦਾ ਸੀ, ਉਸ ਬੰਦੇ ਦੀ ਤਸਵੀਰ ਲਾ ਕੇ ਉਹਨੂੰ ਟੰਗ ਦਿੰਦੇ, ਔਰ ਤੁਸੀਂ ਉਸ ਮੁੱਦੇ ਨੂੰ ਪਹਿਲਾਂ ਤੁਸੀਂ ਉਹਨੂੰ ਬਾਵਰ ਕਰਦੇ ਜਾਂ ਉਹਨੂੰ ਤੁਸੀਂ ਉਹ ਦੱਸਦੇ ਸਾਨੂੰ ਲੋਕਾਂ ਨੂੰ, ਠੀਕ ਹੈ। ਮੇਰੇ ਇਲਮ ਦੇ ਵਿੱਚ ਵੀ ਇਹੀ ਸੀ ਕਿ ਕਿਸੇ ਆਪਣੀ ਸਿੱਖ ਭੈਣ ਸੀ ਉਹਨੇ ਇਸਲਾਮ ਕਬੂਲ ਕੀਤਾ, ਠੀਕ ਹੈ, ਅਤੇ ਇਸ ਤੋਂ ਮੁੱਦਾ ਉੱਠਿਆ। ਫਸਟ ਆਫ ਆਲ ਇਹ ਸੀ, ਤੁਸੀਂ ਉਸ ਬੰਦੇ ਦੀ ਤਸਵੀਰ ਲਾਉਂਦੇ ਔਰ ਦੱਸਦੇ ਕਿ ਇਹ ਤੁਹਾਡੇ ਇਸਲਾਮ ਦਾ ਚਿਹਰਾ ਹੈ, ਇਹ ਤੁਹਾਡਾ ਇਸਲਾਮ ਹੈ ਕਿ 13 ਸਾਲਾਂ ਦੀ ਬੱਚੀ ਦੇ ਨਾਲ ਰੇਪ ਹੋਇਆ, ਅਸੀਂ ਉੱਥੇ ਨਾ ਉੱਠਦੇ ਉਸ ਦੀ, ਯਾਨੀ ਕਿ ਯਾਰ ਗਲਤ ਲਫ਼ਜ਼ ਨਿਕਲਣ ਲੱਗੇ ਸਨ ਮੂੰਹ ਚੋਂ, ਠੀਕ ਹੈ, ਅਸੀਂ ਉਹਨੂੰ ਚੀਰ ਕੇ ਨਾ ਰੱਖ ਦਿੰਦੇ ਤਾਂ ਗੱਲ ਕਰਦੇ, ਠੀਕ ਹੈ। ਇਹਦਾ ਮਕਸਦ ਇਹ ਤਾਂ ਨਹੀਂ ਸੀ ਕਿ ਆਪ ਸੱਲੱਲਾਹੁ ਅਲੈਹਿ ਵਸੱਲਮ ਦੀ ਜ਼ਾਤ ਉੱਤੇ ਉਂਗਲੀਆਂ ਉਠਾਈਆਂ ਜਾਂਦੀਆਂ, ਜਾਂ ਇੱਧਰੋਂ ਬਾਬਾ ਗੁਰੂ ਨਾਨਕ ਜੀ ਦੀ ਮੈਂ ਬਹੁਤ ਰਿਸਪੈਕਟ ਕਰਨਾ, ਜਰਨੈਲ ਸਿੰਘ ਭਿੰਡਰਾਂ ਵਾਲਾ, ਠੀਕ ਹੈ, 1984 ਮੈਂ ਉਹਨਾਂ ਨੂੰ ਬਹੁਤ ਪੜ੍ਹਿਆ ਵੀ, ਇਹ ਕੋਸ਼ਿਸ਼ ਵੀ ਕਰਦਾ ਕਿ ਉਹ ਇੱਕ ਦਲੇਰ ਇਨਸਾਨ ਸਨ, ਪੂਰੀ ਕਮਿਊਨਿਟੀ 'ਚ ਇਕੱਲਾ ਬੰਦਾ ਖਲੋ ਕੇ ਅੰਮ੍ਰਿਤਸਰ 'ਚ, ਠੀਕ ਹੈ, ਉਹਨੇ ਦੱਸਿਆ ਕਿ ਦਲੇਰੀ ਕਿਹਨੂੰ ਕਹਿੰਦੇ ਨੇ। ਨੈਕਸਟ ਪੁਆਇੰਟ, ਤੁਸੀਂ ਕਿਹਾ ਕਿ ਕੋਈ ਵੀ 13 ਸਾਲਾਂ ਦੀ ਬੱਚੀ ਜਾਂ ਕੋਈ ਵੀ, ਇਹ ਸਰ ਤੁਸੀਂ ਆਪਣੇ ਅੰਦਰ ਝਾਤੀ ਪਾਣੀ, ਇਹ ਤੁਸੀਂ ਇਹਨੂੰ ਗੁੱਸਾ ਨਹੀਂ ਕਰਨਾ, ਇਹ ਬਿਲਕੁਲ ਆਪਣੇ ਅੰਦਰ ਝਾਤੀ ਪਾਣੀ। ਤੁਸੀਂ ਆਪਣੀ ਗੁਰੂ ਦੀ ਬਾਣੀ ਕਿੰਨੀ ਕੁ ਆਪਣੇ ਘਰਾਂ 'ਚ ਪੜ੍ਹਾਉਂਦੇ ਹੋ ਬੱਚਿਆਂ ਨੂੰ, ਆਪਣੇ ਗੁਰੂ ਨਾਨਕ ਜੀ ਦਾ ਜੋ ਵੀ ਉਹਨਾਂ ਨੇ ਸਬਕ ਤੁਹਾਨੂੰ ਦਿੱਤਾ ਹੋਇਆ। ਮੇਰਾ ਖਿਆਲ ਅੱਗੇ ਪੁਆਇੰਟ ਜ਼ਰਾ ਕੁਛ ਜ਼ਿਆਦਾ ਹੀ ਸੈਂਸਿਟਿਵ ਆ, ਰਹਿਣ ਦਿਓ। ਨਹੀਂ ਨਹੀਂ, ਮੈਂ ਗੱਲ ਕਰ ਰਿਹਾ 13 ਸਾਲ ਦੀ ਬੱਚੀ ਅਦੀਬਾ ਨੇ ਗੱਲ, ਅਦੀਬ ਭਾਈ ਨੇ ਗੱਲ ਕੀਤੀ, ਥੋੜਾ ਜਿਹਾ ਸਿੰਘ ਭਾਈ ਨੂੰ ਚਾਂਸ ਦਿੱਤਾ ਜਾਏ, ਤੁਸੀਂ ਦਿਓ ਮੌਕਾ ਜਦੋਂ ਵੀ ਟਾਈਮ ਲੱਗੇ ਤੱਕ ਪਾ ਦੂੰਗਾ ਵੀ ਇਹ ਕਿੰਨਾ ਕੁ ਉਹਨਾਂ ਨੂੰ ਪੜਾਉਂਦੇ ਆ ਤੇ ਕਿੰਨਾ ਕੀ ਕਰਦੇ ਆ। ਠੀਕ ਆ ਜੀ ਵੀਰ ਜੀ, ਆ ਹੁਣ ਸਿੰਘ ਭਾਈ ਨੂੰ ਦੇਖੋ, ਇਹਨਾਂ ਨੂੰ ਥੋੜਾ ਟਾਈਮ ਦਿਓ। ਬੱਚਾ ਤਾਂ ਬੱਚਾ ਹੀ ਹੁੰਦਾ ਵੀਰ, ਵੀਰ ਜੀ ਭਾਈ
ਵੀਰ ਜੀ, ਇੱਕ ਤੇ 13 ਸਾਲ ਦੀ ਤੁਸੀਂ ਗੱਲ ਕਰਦੇ ਆ, ਜੇ ਧਰਮ ਦਾ ਸਾਨੂੰ ਨਹੀਂ ਪਤਾ ਤੇ ਇਹਦਾ ਮਤਲਬ ਇਹ ਤੇ ਨਹੀਂ ਨਾ ਕਿ ਆਪਾਂ ਕੋਈ ਵੀ ਉਹਨਾਂ ਨੂੰ ਤੁਹਾਨੂੰ ਅਧਿਕਾਰ ਮਿਲ ਗਿਆ ਕਨਵਰਟ ਕਰਨ ਦਾ, ਠੀਕ ਆ ਜੀ? ਦਿਖਾਓ ਇਹ ਮੁੱਦਾ, ਕੋਈ ਇਹ ਇੱਕ ਬੰਦੇ ਦਾ ਨੀ ਹੈਗਾ ਜਾਂ ਇੱਥੇ ਇੱਕ ਬੰਦੇ ਦੀ ਗੱਲ ਨੀ ਹੋਣ ਡਈ ਕਿ ਇੱਥੇ ਆਪਾਂ ਉਹਦਾ ਸਬੂਤ ਲੈ ਕੇ ਤੇ ਨਾਲ ਦੀ ਨਾਲ ਹੀ ਲਾ ਦਾਂਗੇ, ਹਨਾ? ਜੇ ਮੁੱਦਾ ਵੱਡਾ ਆ ਜਾਂ ਕੋਈ ਗੱਲ ਹੈ ਆ ਤੇ ਇਹ ਤੁਹਾਨੂੰ ਆਪਾਂ ਨੂੰ ਸਾਰਿਆਂ ਨੂੰ ਰਲ ਕੇ ਜਿਹੜੀ ਗੱਲ ਆਪਾਂ ਹੋਣ ਕਰਨ ਡਏ ਆ ਤੇ ਚਾਹੁੰਦੇ ਵੀ ਤੇ ਅਸੀਂ ਇਹੀ ਚਾਹੁੰਦੇ ਸੀ ਨਾ ਵੀ ਗੱਲ ਰਲ ਕੇ ਕਰੀਏ, ਠੀਕ ਆ ਜੀ? ਗੁਰੂਆਂ ਨੂੰ ਜੇ ਆਪਾਂ ਕਹਿੰਦੇ ਕਿ ਤੁਸੀਂ ਗਾਲਾਂ ਕੱਢੀਆਂ ਜਾਂ ਉਹਨਾਂ ਨੇ ਕੱਢੀਆਂ, ਇਹ ਪਿੱਛੇ ਜਾਣ ਦੀ ਲੋੜ ਨਹੀਂ ਸਾਨੂੰ ਕਿ ਉਹਨੇ ਕੀ ਕੀਤਾ। ਹੁਣ ਕੰਮ ਇੱਕੋ ਮਿੰਟ ਜੀ, ਇੱਕੋ ਮਿੰਟ, ਹੁਣ ਕੰਮ ਇੰਨਾ ਕੁ ਭਾਪ ਗਿਆ ਕਿ ਆਪਾਂ ਨੂੰ ਪਿੱਛੇ ਨਹੀਂ ਜਾਣਾ ਚਾਹੀਦਾ, ਆਪਾਂ ਨੂੰ ਅੱਗੇ ਦੀ ਗੱਲ ਕਰਨੀ ਚਾਹੀਦੀ, ਇਹਨੂੰ ਕਿਵੇਂ ਖਤਮ ਕਰ ਸਕਦੇ ਹਾਂ। ਜੇ ਤੁਸੀਂ ਫੋਟੋਆਂ ਦੀ ਗੱਲ ਕਰਦੇ ਆ, ਉਹ ਸਭ ਕੁਛ ਹੈਗਾ ਵਾ, ਠੀਕ ਆ ਜੀ? ਤੁਸੀਂ ਕੰਟੈਕਟ ਕਰੋ, ਠੀਕ ਆ, ਤੁਸੀਂ ਫਾਈਂਡ ਆਊਟ ਕਰੋ, ਤੁਹਾਨੂੰ ਹਰ ਇੱਕ ਚੀਜ਼ ਮਿਲੂਗੀ, ਵੀਡੀਓ ਵੀ ਮਿਲਣਗੀਆਂ, ਫੋਟੋਆਂ ਵੀ ਮਿਲਣਗੀਆਂ। ਇੱਕ ਮਿੰਟ, ਸਿਰਫ ਇੱਕ ਮਿੰਟ ਸ਼ੁਰਤਾ ਭਾਈ, ਸਿਰਫ ਔਰ ਸਿਰਫ ਐਕਚੁਅਲੀ ਭਾਈ ਇੱਕ ਮਿੰਟ ਜ਼ਰਾ। ਅੱਛਾ 30 ਸੈਕਿੰਡ ਜੀ, ਰਿਸਪੌਂਡ ਕਰ ਲਓ, ਕਰ ਲਓ ਨਜਫ ਭਾਈ, ਕਰ ਲਓ। ਤੇ ਅਸੀਂ, ਮੇਰਾ ਗੱਲ ਕਰਨ ਦਾ ਮਕਸਦ ਇਹ, ਤੁਸੀਂ ਬਿਹਤਰ ਤਰੀਕੇ ਨਾਲ ਜਾਣਦੇ ਹੋ ਕਿ ਇੰਨੀ ਵੱਡੀ ਅੱਗ ਨਾ ਫੈਲੀ ਜਾਂਦੀ। ਸਿਰਫ ਔਰ ਸਿਰਫ ਤੁਸੀਂ ਅਗਰ ਸਿੰਘ, ਤੁਸੀਂ ਬੈਠੇ ਹੋਏ ਹੋ, ਤੁਸੀਂ ਸਿੰਘ ਬੈਠੇ ਹੋ, ਤੁਸੀਂ ਪੂਰੀ ਕਮਿਊਨਿਟੀ ਨਹੀਂ ਹੋ, ਤੁਸੀਂ ਪੂਰਾ ਸਿੱਖ, ਯਾਨੀ ਕਿ ਇੱਕ ਇਨਸਾਨ ਪੂਰੀ ਕਮਿਊਨਿਟੀ ਨਹੀਂ ਹੋ ਸਕਦਾ। ਉਹਦੇ ਵਿੱਚ ਚੰਗੇ ਵੀ ਹੁੰਦੇ ਨੇ, ਉਹਦੇ ਵਿੱਚ ਮਾੜੇ ਵੀ ਹੁੰਦੇ ਨੇ। ਇਹੀ ਗੱਲ ਤੇ ਇਹੀ ਕਰਨ ਡਿਆ ਨਾ ਭਾਜੀ, ਇਹੀ ਤੇ ਗੱਲ ਕਰਨ ਡਿਆ ਕਿ ਇੱਥੇ ਆਪਾਂ ਇੱਕ ਇੱਕ ਦੀ ਗੱਲ ਨਹੀਂ ਕਰ ਸਕਦੇ। ਜਿਹੜਾ ਸਵਾਲ ਹੈ ਛੋਟਾ ਜਿਹਾ, ਮੈਂ 15 ਸਾਲ ਦਾ ਕਰਵਾਉਂ, ਮੈਂ ਜਾਵਾਂ ਕਿਸੇ ਗੁਰਦੁਆਰੇ ਵਿੱਚ, ਤੁਸੀਂ ਛੋਟਾ ਜਿਹਾ ਸਵਾਲ ਹੈ, ਨਹੀਂ ਨਹੀਂ ਸਿਰਫ ਇੱਕ ਸੈਕਿੰਡ, ਮੈਂ 15 ਸਾਲ ਦਾ ਬੱਚਾ ਸਿੱਖ ਮਜ਼ਹਬ ਅਪਣਾ ਸਕਦਾ ਹੈ, ਯੈਸ ਜਾਂ ਨੋ? 15 ਸਾਲ ਦਾ ਬੱਚਾ, ਦੇਖੋ ਜੀ, ਮੈਂ ਤੁਸੀਂ ਗੁਰੂ ਨੂੰ ਬੁਲਾਇਆ, ਮੈਂ ਕਿਹਾ ਮੈਨੂੰ, ਮੇਰੀ ਗੱਲ ਸੁਣੋ, ਮੈਂ ਤੁਹਾਨੂੰ ਇਸ ਗੱਲ ਦਾ ਜੂ ਵੀਰੇ, ਮੈਂ ਤੁਹਾਨੂੰ ਇਸ ਗੱਲ ਦਾ ਜਵਾਬ ਦਿੰਨਾ ਵਾ। ਇੱਕ ਮਿੰਟ ਬਾਈ, ਇੱਕ ਮਿੰਟ, ਦੇਖੋ ਜਵਾਬ ਦੇਣਾ ਭਾਈ ਨੇ, ਮੈਂ ਮਾਜ਼ਰਤ ਦਾ ਤੁਹਾਨੂੰ ਟਵੀਟ ਕਰ ਰਿਹਾ, ਸਭ ਨੂੰ ਮਿਲ ਕਰ ਰਿਹਾ, ਮਾਜ਼ਰਤ ਦਾ। ਇਹ ਭਾਈ ਨੂੰ ਵੱਡੀ ਸਕਰੀਨ ਤੇ ਕੀਤਾ ਆ, ਹੈਪੀਨੈਸ ਸਾਹਿਬ ਤੁਹਾਡੀ ਵਾਰੀ ਹੈ, ਬੋਲੋ ਵਰਨਾ ਤੁਹਾਡੀ ਵਾਰੀ ਨਿਕਲ ਜਾਏਗੀ। ਥੈਂਕ ਯੂ ਹੋਸਟ ਜੀ। ਮੈਂ ਨਾ ਦੋ ਪੁਆਇੰਟ ਰੱਖਣੇ ਨੇ ਜੀ, ਪਲੀਜ਼ ਬਾਕੀ ਵਿੱਚ ਨਾ ਬੋਲਿਓ, ਹੈ ਨਾ? ਇੱਕ ਤੇ ਹੈਗਾ ਵੀ 15 ਸਾਲ ਦਾ ਜਾਂ 13 ਸਾਲ ਦੇ ਨੂੰ, ਮਤਲਬ ਕਿ ਉਹ ਤਾਂ ਇੱਥੇ ਵੈਸਟਰਨ ਕੰਟਰੀਜ਼ ਦੇ ਵਿੱਚ ਇੰਨੇ ਤੇਜ਼ ਹੁੰਦੇ ਆ ਵੀ ਉਹਨਾਂ ਨੂੰ ਨਹੀਂ ਕੀਤਾ ਜਾ ਸਕਦਾ। ਇਹ ਜਿਹੜੇ ਬਾਈ ਜੀ, ਜਿਹੜੇ ਇਹ ਲੋਕ ਬੱਚਿਆਂ ਨੂੰ ਕੀਤਾ ਜਾ ਰਿਹਾ, ਇਹ ਵਲਨਰੇਬਲ ਬੱਚੇ ਆ। ਦੋ ਤਰ੍ਹਾਂ ਦੇ ਬੱਚੇ ਆ, ਇੱਕ ਤਾਂ ਜਾਂ ਤਾਂ ਉਹ ਨਵੇਂ ਆਉਂਦੇ ਨੇ, ਮਤਲਬ ਇਸ ਕੰਟਰੀ ਦੇ ਵਿੱਚ ਨਵੇਂ ਨੇ, ਉਹਨਾਂ ਦਾ ਸੋਸ਼ਲ ਸਟਰਕਚਰ ਨਹੀਂ ਬਣਿਆ ਹੁੰਦਾ, ਜਾਂ ਫਿਰ ਉਹ ਨੇ ਜਿਹੜੇ ਬ੍ਰੋਕਨ ਹੋਮਸ ਦੇ ਵਿੱਚੋਂ ਹੈਗੇ ਨੇ, ਰਾਈਟ? ਤੇ ਉਹਨਾਂ ਦੀ ਆਪਦੀਆਂ ਪ੍ਰੋਬਲਮਸ ਹੁੰਦੀਆਂ ਨੇ, ਪਰ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਉਹਨਾਂ ਨੂੰ ਦੂਜੇ ਪਾਸੇ ਲਾਇਆ ਜਾਵੇ। ਤੇ ਦੂਜੀ ਜਿਹੜੀ ਮੇਨ ਗੱਲ ਮੈਂ ਕਰਨੀ ਸੀਗੀ ਉਹ ਇਹ ਸੀਗੀ ਕਿ ਤੁਸੀਂ ਇੱਥੇ ਕਿਸੇ ਨੇ ਪਹਿਲਾਂ ਕਿਹਾ ਵੀ ਇਹ ਜਿਹੜੇ ਲੋਕ ਨੇ ਇਹ ਕ੍ਰਿਮੀਨਲ ਨੇ, ਇਹ ਟ੍ਰੈਫਿਕਰਸ ਨੇ, ਅਤੇ ਉਸ ਤੋਂ ਬਾਅਦ ਜਦੋਂ ਇਹ ਫੜੇ ਜਾਂਦੇ ਆ ਉਦੋਂ ਬਾਅਦ ਇਹ ਇਸਲਾਮ ਦਾ ਨਾਂ ਲੈ ਲੈਂਦੇ ਆ। ਮੈਂ ਇਹ ਕਹਿਣਾ ਚਾਹੁੰਦਾ ਵਾਂ ਹੋਸਟ ਜੀ ਨੂੰ ਕਿ ਆਪ ਤੁਹਾਨੂੰ ਇਸ ਚੀਜ਼ ਦਾ ਬਹੁਤ ਸੋਚਣਾ ਚਾਹੀਦਾ ਵਾ। ਜੇ ਕੋਈ ਸੈਕਸ ਟ੍ਰੈਫਿਕਰ ਇਹ ਕਰੇ ਵੀ ਮੈਂ ਬੁੱਧਿਸਟ ਹਾਂ ਤਾਂ ਕਰਕੇ ਇਹ ਮੈਂ ਕੀਤਾ, ਤੇ ਕੋਈ ਉਹ ਤੇ ਮਤਲਬ ਕਿ ਵਿਸ਼ਵਾਸ ਨਹੀਂ ਕਰੂਗਾ। ਕਿਉਂ ਲੋਕ ਕਹਿੰਦੇ ਆ ਵੀ ਇਸਲਾਮ ਦੇ ਉਹ ਬਾਜੀ, ਉਹ ਬਾਜੀ ਤਾਰੀਖ ਨਾ ਦੁਨੀਆ ਸਭ ਤੋਂ ਵੱਡਾ। ਖਾਲਿਸਤਾਨੀ ਵੀਰੇ ਸਤਿ ਸ੍ਰੀ ਅਕਾਲ, ਮੈਂ 2 ਘੰਟੇ ਤੁਹਾਨੂੰ ਚੁੱਪ ਕਰਕੇ ਸੁਣਿਆ ਤੇ ਹੁਣ ਮੇਰਾ ਵੀ ਤੇ ਹੱਕ ਬਣਦਾ ਤੁਹਾਨੂੰ ਥੋੜੀ ਗੱਲ ਕਰਨ ਦਾ।
ਬੋਲੋ ਬੋਲੋ। ਮੈਂ ਤੁਹਾਡੇ ਨਾਲ ਪਿਆਰ ਨਾਲ ਸੁਣਿਆ ਕਿ ਨਹੀਂ ਜਨਾਬ ਹਰਦੀਪ ਸਾਹਿਬ? ਬਾਈ ਕਿਸੇ ਨੂੰ ਉੱਤੇ ਨਾ ਲਵੋ ਯਾਰ, ਖਲੀਫਾ ਬਾਈ ਕਿਸੇ ਨੂੰ ਉੱਤੇ ਨਾ ਲਵੋ, ਕਿਉਂਕਿ ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ। ਹਾਂਜੀ ਸਤਿ ਸ੍ਰੀ ਅਕਾਲ ਬਾਈ ਜੀ। ਹੁਣ ਤੁਸੀਂ ਨਵੇਂ ਆਏ ਹੋ, ਤੁਹਾਨੂੰ ਮੈਂ ਆਪਣੀ ਵਾਰੀ ਦੇ ਦਿੰਦਾ। ਹੁਣ ਕਿਸੇ ਨੂੰ ਉੱਤੇ ਨਾ ਲੈਣਾ ਖਲੀਫਾ ਬਾਈ, ਮੈਂ ਸਿਰਫ ਹਰਦੀਪ ਸਿੰਘ ਸਾਹਿਬ ਨਾਲ ਜਾਂ ਕੋਈ ਵੀ ਤੁਹਾਡੇ ਚ ਜਿਹੜਾ ਇੱਕ ਜਨਾਬ, ਮੈਂ ਬੜੀ ਦੇਰ ਤੋਂ ਸੁਣ ਰਿਹਾ ਹਾਂ, ਪਲੀਜ਼ ਮੈਨੂੰ ਵੀ ਸੈਕੰਡ ਕੰਸੀਡਰ ਕਰੋ। ਗੱਲ ਸੁਣ ਲਓ ਵੀਰੇ, ਕੁਲਵੀਰ ਸਿੰਘ ਦੀ ਗੱਲ ਸੁਣ ਲਓ। ਅੱਛਾ ਜੀ, ਕਰੋ ਜੀ ਕਰੋ, ਤੁਸੀਂ ਕਰ ਲਓ ਜੀ ਗੱਲ, ਮੈਂ ਚੁੱਪ ਕਰ ਜਾਣਾ। ਹਾਂਜੀ ਸਤਿ ਸ੍ਰੀ ਅਕਾਲ ਵੀਰੇ ਸਾਰਿਆਂ ਨੂੰ, ਭਾਵੇਂ ਪਾਕਿਸਤਾਨ ਦੇ ਭਾਵੇਂ ਇੰਡੀਆ ਦੇ ਨੇ ਤੇ ਭਾਵੇਂ ਹੋਰ ਨੇ, ਮੈਂ ਸਿਰਫ ਇੱਕ ਗੱਲ ਰੱਖ ਕੇ ਤੇ ਸਮਾਪਤੀ ਕਰਾਂਗਾ ਵੀ ਇਹ ਮਾੜਾ ਜਿਹਾ ਇਸ਼ੂ ਸੀਗਾ, ਹਾਲਾਂਕਿ ਇਹ ਇਸ਼ੂ ਬਹੁਤ ਪੁਰਾਣਾ ਹੈਗਾ, ਕਾਫੀ ਚਿਰ ਤੋਂ ਚੱਲਾ ਰਿਹਾ ਯੂਕੇ 'ਚ, ਬਟ ਤੁਹਾਡੇ ਯੂਕੇ ਦੇ ਅੰਦਰ ਮੇਰੇ ਖਿਆਲ ਨਵੰਬਰ ਇਲੈਕਸ਼ਨ ਨੇ, ਸੁਨਕ ਦੀ ਜਿਹੜੀ ਸਰਕਾਰ ਹੈ ਉਹਦੀ ਵੀ ਹਾਲਤ ਪਤਲੀ ਹੈ, ਅਤੇ ਮੈਂ ਚਾਹੁੰਦਾ ਜਿਹੜੀ ਕਮਿਊਨਿਟੀ ਜ਼ਿਆਦਾ ਅਫੈਕਟਡ ਹੈ ਉਹਨੂੰ ਇਲੈਕਸ਼ਨ ਵਿੱਚ ਥੋੜ੍ਹਾ ਇਹਨੂੰ ਹਾਈਲਾਈਟ ਕਰੇ, ਸੋ ਦੈਟ ਨਵਾਂ ਕੋਈ ਲਾਅ ਬਣੇ ਅਤੇ ਇਹਦੇ ਇਹਦੇ ਖਿਲਾਫ ਐਕਸ਼ਨ ਲਿੱਤਾ ਜਾਏ ਜਿਹੜੀ ਕਮਿਊਨਿਟੀ ਨੇ ਕੀਤਾ, ਬਸ ਦੈਟਸ ਆਲ। ਠੀਕ ਹੈ ਜੀ, ਅੱਛਾ ਜੀ, ਹਾਂਜੀ, ਲੈਟਸ ਪਲੇ ਪੜ ਲਓ ਜੀ, ਕਰ ਲਓ ਜੀ ਤੁਸੀਂ ਗੱਲ। ਨਹੀਂ ਤੁਸੀਂ ਹੁਣ ਬੋਲੋ, ਮੈਂ ਚੁੱਪ ਕਰ ਗਿਆ। ਅੱਛਾ ਜੀ, ਹੁਣ ਮੇਰੀ ਗੱਲ ਹੋਏਗੀ ਮੇਰੀ। ਅੱਛਾ ਭਾਈ, ਅਗਰ ਤੁਸੀਂ ਆ ਜਿਨ੍ਹਾਂ ਨੂੰ ਮੈਂ ਵੱਡਾ ਕਰਨ ਲੱਗਾ ਹੈਪੀਨੈਸ ਭਾਈ, ਤੁਹਾਨੂੰ ਅਗਰ ਕੋਈ ਗੱਲ ਹੈ ਤੇ ਕਰ ਲਓ। ਹੁਣ ਮੈਂ ਤੇ ਮਨਦੀਪ ਸਿੰਘ ਜਿਹੜੇ ਹੈਗੇ ਨੇ ਇਹਨਾਂ ਨਾਲ ਮੈਂ ਗੱਲ ਕਰਨੀ ਹੈ 1-to-1, ਠੀਕ ਹੈ ਜੀ? ਤੁਸੀਂ ਕੋਈ ਗੱਲ ਹੈਪੀਨੈਸ ਸਾਹਿਬ ਕਰਨੀ ਹੈ ਤਾਂ ਜ਼ਰੂਰ ਕਰ ਲਓ। ਕੀ ਆਪਦਾ ਪੁਆਇੰਟ ਸੀਗਾ ਕਿ ਆਪਾਂ ਨੂੰ ਇਹ ਦੇਖਣਾ ਚਾਹੀਦਾ ਵਾ ਵੀ ਕਿਉਂ ਲੋਕਾਂ ਨੂੰ ਜਿਹੜੇ ਚਾਹੇ ਕ੍ਰਿਮੀਨਲ ਮਾਈਂਡਡ ਮੁਸਲਿਮਸ ਨੇ ਉਹਨਾਂ ਨੂੰ ਕਿਉਂ ਇਹ ਲੱਗਦਾ ਵਾ ਵੀ ਇਹ ਪਾਥਵੇ ਹੈਗਾ ਵਾ ਕਿ ਅਸੀਂ ਇਹ ਇਸਲਾਮ ਦਾ ਸਹਾਰਾ ਲੈ ਸਕਦੇ ਹਾਂ, ਮਤਲਬ ਕਿ ਬੜਾ ਪਾਕ ਪਵਿੱਤਰ ਧਰਮ ਆ ਤੇ ਕਿਉਂ ਉਹਨਾਂ ਨੂੰ ਇਹ ਲੱਗਦਾ ਵਾ? ਜਾਂ ਤਾਂ ਜਿੱਦਾਂ ਮਤਲਬ ਕਿ ਜੇ ਕਨਵਰਸ਼ਨ ਦੇ ਆ ਉੱਥੇ ਮਸਜਿਦ ਦੇ ਵਿੱਚ ਡਾਇਰੈਕਸ਼ਨ ਚਾਹੀਦੀਆਂ ਨੇ ਕਿ ਇਸ ਤੋਂ ਬਿਨਾਂ ਮਤਲਬ ਕਿ ਆਹ ਗਾਈਡਲਾਈਨਸ ਨੇ ਕਿਸੇ ਨੂੰ ਡਿਸੀਵ ਕਰਕੇ ਨਹੀਂ ਤੁਸੀਂ ਕਨਵਰਟ ਕਰ ਸਕਦੇ। ਮੇਰੇ ਖਿਆਲ ਨਾਲ ਮੁਸਲਮਾਨਾਂ ਨੂੰ ਆਪਦੇ ਵਿੱਚੋਂ ਨਾ ਅਵੇਅਰਨੈਸ ਲਿਆਉਣੀ ਚਾਹੀਦੀ ਹੈ ਕਮਿਊਨਿਟੀ ਦੇ ਵਿੱਚ, ਤਾਂ ਕਿ ਕੋਈ ਇਹ ਬ੍ਰਿਜ ਨਾ ਕਰ ਸਕੇ ਕਿ ਮੈਂ ਫੜਿਆ ਗਿਆ ਤੇ ਹੁਣ ਮੈਂ ਧਰਮ ਦਾ ਇਸ ਧਰਮ ਦਾ ਸਹਾਰਾ ਲੈ ਲਵਾਂ। ਠੀਕ ਹੈ ਜੀ, ਅਸਦ ਭਾਈ ਤੁਸੀਂ ਕੋਈ ਆਪਣਾ ਆਖਰ ਪੁਆਇੰਟ? ਸਰ ਜੀ, ਮੈਂ ਲਾਸਟ ਪੁਆਇੰਟ ਆਪਕੀ ਨਜ਼ਰ ਇਹ ਕਰਨਾ ਚਾਹੂੰਗਾ, ਇੱਕ ਛੋਟਾ ਸਾ ਮੈਂ ਆਪਕੋ ਵੋਇਸ ਸੁਣਾਉਣਾ ਚਾਹੂੰਗਾ, ਬਹੁਤ ਜ਼ਰੂਰੀ ਹੈ ਔਰ ਇਸ ਕਹਾਣੀ ਕੇ ਨਹੀਂ, ਵੋ ਮੁਤਨਾਜ਼ੇ ਨਹੀਂ ਹੈ, ਮੁਤਨਾਜ਼ੇ ਨਹੀਂ। ਆਪਕੋ ਮੇਰੇ ਪੇ ਯਕੀਨ ਇਤਨਾ ਕੋ ਹੋਣਾ ਚਾਹੀਏ ਭਾਈ ਕਿ ਮੇਰੀ ਜ਼ਮਾਨਤ ਅਗਰ ਜੇ ਖਲੀਫਾ ਭਾਈ ਨੇ ਦੀ ਹੈ ਤਾਂ ਮੈਂ ਇਧਰ ਕੋਈ ਐਸੀ ਖੱਚ ਨਹੀਂ ਮਾਰੂੰਗਾ ਜਿਸੇ। ਅਸਦ ਸਾਹਿਬ, ਮੈਂ ਤੁਹਾਨੂੰ ਜਾਣਦਾ, ਤੁਸੀਂ ਮੈਨੂੰ ਪੁੱਛ, ਬੜੀ ਮਿਹਰਬਾਨੀ। ਨਹੀਂ ਮੈਂ ਜਾਣਦਾ ਹੂੰ ਸ਼ੁਰਤਾ ਭਾਈ, ਮੈਂ ਜਾਣਦਾ ਹੂੰ ਬਿਲਕੁਲ ਆਪਕੋ। ਯੇ ਜ਼ਰਾ ਇੱਕ ਮਿੰਟ ਸੁਣੀਏਗਾ ਸਰ, ਯੇ ਇੱਕ ਸੁਣੀਏਗਾ। दोस्तों, यूनाइटेड किंगडम की होम मिनिस्टर सुएला ब्रेवरमैन ये बहुत सारी वजहों से न्यूज में रही है। रिसेंटली ये गई ब्रिटेन के अंदर एक बहुत ही पॉपुलर गुड मॉर्निंग ब्रिटेन करके एक ब्रेकफास्ट शो है। उस पर्टिकुलर ब्रेकफास्ट शो में जाके इन्होंने क्लियर कट बोला कि जो यंग वल्नरेबल ब्रिटिश गर्ल्स हैं उनको ड्रग करके बहला के फुसला के सालों तक सेक्सुअली अब्यूज करते हैं ब्रिटिश पाकिस्तानी नेशनल। बेसिकली ये इसके बिहाफ के ऊपर, इनके ऊपर उधर एक्शन भी हुआ, इनके खिलाफ बातचीत भी की गई कि ये रेसिज्म फैला रही हैं, ठीक है। अब इनका किस कम्युनिटी से ताल्लुक है और इल्ज़ाम लगा रही हैं ये पाकिस्तानियों के ऊपर, इनका इंडिया से ताल्लुक है और ये इल्ज़ाम लगा रही हैं ब्रिटन लड़कियों के खिलाफ जो है ना वो पाकिस्तानियों के ऊपर, ठीक है। दूसरी बात ये जो खलीफा भाई मौजूदा मुद्दा जो स्टार्ट हुआ है ना, वो ऐसे हुआ है कि दो लड़कियां जो इकट्ठी स्कूल में पढ़ती थी, एक सिखनी थी एक मुसलमान थी, एक बच्ची ने दूसरी बच्ची को ये बोला है कि मैं वो बच्ची ने दूसरी बच्ची के साथ बहन बनी हुई थी, बेशक वो दूसरे रिलीजन की थी, वो बच्चियां सहेली थी, प्यार करती थी। एक बच्ची ने दूसरी बच्ची को कहा कि मैं नहीं चाहूंगी कि तुम जो है ना वो दोजख में जाओ।
और उसने ख्वाहिश जाहिर की कि मैं चाहूंगी तुम मेरी बहन हो, मेरी बेस्ट फ्रेंड हो, तो तुम भी इस्लाम कबूल कर लो। ये इस तरह से इतनी सी बात थी जो कि मैंने बताया। फ्रेंड हो जाए ना मौजू, मैं चाह रहा हूं कि मैं हूं जरे हरदीप सिंह ना जी और दूसरे भी पाकिस्तानी कोई कि इन्हें इंफॉर्मेशन भी देनी है अपने भावों को जो इतने बैठे हुए हैं। लेट्स प्ले भाई, मैं बड़ी देर तो तुम्हारी गल सुन रहा हूं, हम मनु इन्हें 20 सेकंड सिर्फ तुम मेरे उस तो बाद गल कर लेना। मैं ਤੁਹਾਨੂੰ ਨਾ ਥੋੜਾ ਜਿਹਾ ਇਨਫੋਰਮ ਕਰਦੇ ਆ, ਸਾਡੇ ਇੱਥੇ ਨਾ ਕੁਝ ਆਪਣੇ ਆਪ ਨੂੰ ਮੁਸਲਮਾਨ ਵੀ ਕਹਿੰਦੇ ਨੇ ਲੇਕਿਨ ਅਸਾਂ ਉਹਨਾਂ ਨੂੰ ਮੁਸਲਮਾਨ ਨਹੀਂ ਮੰਨਦੇ। ਠੀਕ ਹੈ, ਪਹਿਲੀ ਗੱਲ ਤੇ ਉਹਨਾਂ ਬਾਬਾ ਗੁਰੂ ਨਾਨਕ ਜੀ ਦੇ ਉੱਤੇ ਕਿਤਾਬ, ਉਹਨਾਂ ਦੇ ਜਿਹੜਾ ਆਪਣਾ ਇੱਕ ਬੜਾ ਮੁਤਬਰ ਬੰਦਾ, ਉਹਦੇ ਵਿੱਚ ਉਹਨੇ ਬਾਬਾ ਗੁਰੂ ਨਾਨਕ ਜੀ ਦੀ ਗੁਸਤਾਹੀ ਕੀਤੀ, ਯਾਨੀ ਕਿ ਉਹਨੇ ਬਹੁਤ ਬਹੁਤ ਗਲਤ ਸ਼ਬਦ ਇਸਤੇਮਾਲ ਕੀਤੇ ਨੇ। ਉਹਨਾਂ ਦਾ ਸਾਡੇ ਨਾਲ ਕੋਈ ਤਲਕ ਨਹੀਂ ਹੈ। ਜਦੋਂ ਵੀ ਤੁਸੀਂ ਕਿਸੇ ਵੀ ਬਰਾਡ ਤੇ ਜਾਓ, ਸਮਝੋ ਕਿ ਮੁਸਲਮਾਨ ਨੇ, ਪਹਿਲਾਂ ਉੱਥੇ ਇਹ ਆਖੋ ਕਿ ਮਿਰਜ਼ੇ ਦੇ ਲਾਨਤ, ਉਹ ਤੁਹਾਨੂੰ ਪਤਾ ਲੱਗ ਜਾਏਗਾ ਕਿ ਇਹ ਮੁਸਲਮਾਨ ਨੇ ਜਾਂ ਮਰਜ਼ਈ। ਦੈਟਸ ਇਟ। ਠੀਕ ਹੈ ਜੀ, ਠੀਕ ਹੈ ਜੀ। ਇਹ ਮਿਰਜ਼ਾ ਗੁਲਾਮ ਅਹਿਮਦ ਕਾਦੀਆਨੀ ਦੀ ਗੱਲ ਹੋ ਰਹੀ ਹੈ ਜੀ। ਮਨਦੀਪ ਭਾਈ, ਹੁਣ ਤੁਸੀਂ ਰੈਡੀ ਹੋ ਮੇਰੇ ਨਾਲ ਗੱਲ ਕਰਨ ਵਾਸਤੇ? ਮਨਦੀਪ ਭਾਈ ਤੁਸੀਂ ਅਨਮਿਊਟ ਕਰਕੇ ਨਾ ਕੋਈ ਆਪਣਾ, ਹਾਂਜੀ ਕੋਈ ਰਿਸਪੋਂਡ ਕਰਨਾ ਚਾਹੁੰਦੇ ਹੋ ਤੇ ਕਰ ਲਓ, ਤੇ ਹੁਣ ਮੈਂ ਜ਼ਰੂਰ। ਠੀਕ ਹੈ ਜੀ, ਠੀਕ ਹੈ ਜੀ, ਠੀਕ ਹੈ ਜੀ। ਹਾਂਜੀ, ਨਹੀਂ ਜੀ, ਬੋਲੇ ਨੇ ਬਰਾਲ ਜੀ, ਬਹੁਤ ਸਾਰੇ ਬੋਲੇ ਨੇ। ਹਾਂਜੀ, ਠੀਕ ਹੈ ਜੀ, ਥੱਲੇ ਆਵਾਜ਼ ਨੀ ਪਈ ਜਾਂਦੀ ਤੁਹਾਡੀ, ਤੁਹਾਡੀ ਆਵਾਜ਼ ਥੱਲੇ ਨਹੀਂ ਜਾਂਦੀ ਪਈ ਹੈ। ਸਿੰਘ ਸਾਹਿਬ ਦੀ ਵੀ ਨਹੀਂ ਜਾਂਦੀ, ਹਰਪ੍ਰੀਤ ਸਿੰਘ ਦਾ ਵੀ ਨਹੀਂ ਜਾਂਦੀ, ਹਰਦੀਪ ਸਿੰਘ ਦੀ ਵੀ ਨਹੀਂ ਜਾਂਦੀ ਪਈ। ਡ੍ਰੌਪ ਕਰਕੇ ਵਾਪਸ ਆਓ ਨਾ ਤੇ ਫੇਰ ਇਹਨਾਂ ਦੀ ਆਵਾਜ਼ ਜਾਏਗੀ। ਇੱਕ ਵਾਰੀ ਨਾ ਟਿਕਟੋਕ ਨੂੰ ਪੂਰੀ ਲੈਫਟ ਕਰਕੇ ਫਿਰ ਵਾਪਸ ਆਓ ਤੁਸੀਂ। ਖਲੀਫਾ ਭਾਈ, ਸ਼ੁਰਤਾ ਭਾਈ, ਇਹ ਗਲਤ ਇਲਜ਼ਾਮ ਹੈ। ਮੈਂ ਖੁਦ ਗਿਆ ਹੂੰ, ਮੈਂ ਜਾ ਕੇ ਕੰਡੈਮ ਵੀ ਕਰਕੇ ਆਇਆ ਹੂੰ। ਵਹਾਂ ਪੇ ਤਕਲੀਫ ਦੇ ਮਾਮਲਾ ਯੇ ਥਾ ਕਿ ਐਕਸ ਮੁਸਲਿਮ ਕੋ ਬਿਠਾ ਕੇ ਤਰਜਮਾ ਤਬਦੀਲ ਕੀਆ ਹੁਆ ਨੁਸਖਾ ਕੁਰਾਨ ਮਜੀਦ ਕਾ ਪਕੜ ਕੇ ਕਾਦੀਆਨੀਓ ਵਾਲਾ ਇਸਲਾਮ ਕਾ ਮਜ਼ਾਕ ਉਡਾਇਆ ਜਾਤਾ ਥਾ, ਇਸ ਵਜ੍ਹਾ ਸੇ ਲੋਕ ਬਾਗੀ ਹੋਏ। ਪੁਆਇੰਟ ਆ ਗਿਆ ਸਰ, ਪੁਆਇੰਟ ਆ ਗਿਆ। ਇਸ ਗੱਲ ਇਸ ਤਰ੍ਹਾਂ ਕਿ ਮੈਂ ਇਹਨਾਂ ਦੋਨਾਂ ਨਾਲ ਗੱਲ ਕਰਨਾ ਚਾਹੁੰਦਾ, ਖਾਲਿਸਤਾਨੀ ਭਾਈ ਤੇ ਮਨਦੀਪ ਨਾਲ, ਤੇ ਹੁਣ ਮੈਨੂੰ ਤੁਸੀਂ ਚੁੱਪ ਜੇ, ਹੁਣ ਤੁਸੀਂ ਬੋਲਣਾ, ਹੁਣ ਮੈਨੂੰ ਇਹਨਾਂ ਨਾਲ ਗੱਲ ਕਰਨ ਦਿਓ ਤੁਹਾਡੇ। ਹਾਂਜੀ ਛੋਟਾ ਭਾਈ, ਆਪਣੀ ਸਕਰੀਨ ਬੜੀ ਕਰ ਲਓ ਤਾਂ ਕਿ ਟੈਪ ਟੈਪ ਹੋ ਜਾਏ। ਹਾਂ, ਬੜੀ ਮਿਹਰਬਾਨੀ ਆ, ਬਾਪ ਬੋਲੇਂਗੇ ਗੌਰ ਤੋਂ ਨਾ ਬੋਲੇ ਜੀ, ਸਿਰਫ ਛੋਟਾ ਬੋਲੇ ਜੀ। ਸਰ ਅਸੀਂ ਮਨਦੀਪ ਭਾਈ